ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਜੀ ਜਗਤਾਰ ਸਿੰਘ ਜੱਗੀ ਅਤੇ ਹਾਜ਼ਰ ਹਾਂ ਅੱਜ ਦਾ ਟਰੱਕ ਸ਼ੋਅ ਲੈ ਕੇ ਮਾਈਲਜ਼ ਐਂਡ ਸਟਾਈਲ। ਅੱਜ ਅਸੀਂ ਪਹੁੰਚੇ ਹਾਂ ਐਲੇ ਦੇ ਵਿੱਚ। ਐਲੇ ਦੇ ਵਿੱਚ ਜਿਨ੍ਹਾਂ ਨੂੰ ਮਿਲਾਂਗੇ ਬਹੁਤ ਹੀ ਜ਼ਰੂਰੀ ਗੱਲਾਂ ਉਹਨਾਂ ਨਾਲ ਕਰਨੀਆਂ, ਜਿਵੇਂ ਕਿ ਸਾਡੇ ਦਰਸ਼ਕਾਂ ਨੂੰ ਪਤਾ, ਖਾਸ ਤੌਰ 'ਤੇ ਕੈਲੀਫੋਰਨੀਆ ਦੇ ਜਿੰਨੇ ਵੀ ਦਰਸ਼ਕ ਨੇ ਜਾਂ ਜਿੰਨੇ ਵਸਨੀਕ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਕਾਨੂੰਨ, ਨਵਾਂ ਬਿੱਲ ਪਾਸ ਹੋਇਆ ਜਿਹਦਾ ਨਾਮ ਹੈ AB5, ਜਾਣੀ ਕਿ ਅਸੈਂਬਲੀ ਬਿੱਲ 5 ਜਿਹੜਾ ਪਾਸ ਹੋਇਆ, ਔਰ ਉਹਦਾ ਕਰਕੇ ਸਾਰੇ ਡਰੇ ਹੋਏ ਨੇ ਵੀ ਉਸ ਬਿੱਲ ਦੇ ਵਿੱਚ ਪਤਾ ਨਹੀਂ ਕੀ ਹੋਣਾ। ਮੁੱਕਦੀ ਗੱਲ ਇਹ ਹੈ ਕਿ ਉਸ ਬਿੱਲ ਦੇ ਨਾਲ ਬਹੁਤ ਕੁਝ ਪ੍ਰਭਾਵਿਤ ਹੋਏਗਾ, ਜਿਹਦੇ 'ਚ ਸਾਡੀ ਪੰਜਾਬੀ ਕਮਿਊਨਿਟੀ ਵੀ ਹੈ ਉਹ ਵੀ ਪ੍ਰਭਾਵਿਤ ਹੋ ਰਹੀ ਹੈ। ਉਹ ਕੀ ਹੈ ਉਹ ਬਿੱਲ ਅਤੇ ਕੀ ਨੇ ਉਹਦੇ ਹੱਲ, ਉਸ ਬਿੱਲ ਦੇ ਵਿੱਚ ਕੀ ਕਰਨਾ ਚਾਹੀਦਾ, ਉਸ ਬਿੱਲ 'ਚ ਕਿਹੜਾ ਕਿਹੜਾ ਆਉਂਦਾ, ਉਸ ਬਿੱਲ ਦੇ ਵਿੱਚ ਖਾਸ ਤੌਰ 'ਤੇ ਅਗਰ ਗੱਲ ਕਰੀਏ ਤਾਂ ਟਰੱਕਿੰਗ ਇੰਡਸਟਰੀ ਵੀ ਬਹੁਤ ਵੱਡੇ ਪੱਧਰ 'ਤੇ ਪ੍ਰਭਾਵਿਤ ਹੋ ਰਹੀ ਹੈ, ਕਿਉਂਕਿ ਜਿਵੇਂ ਡਰਾਈਵਰ ਰੱਖਦੇ ਨੇ 1099 ਕਹਿੰਦੇ ਮਿਲ ਜਾਂਦਾ, ਉਹ ਹੁਣ W2 ਵਾਲੀ ਗੱਲਬਾਤ ਜਿਹੜੀ ਹੈ ਨਵੇਂ ਬਿੱਲ ਦੇ ਵਿੱਚ ਹੈਗੀ ਆ। ਇਹ ਸਾਰੀ ਜਾਣਕਾਰੀ ਲੈਣ ਵਾਸਤੇ ਅਸੀਂ ਐਲੇ ਦੇ ਵਿੱਚ ਮਾਨ ਫੋਰਸ ਕੰਪਨੀ ਜਿਹੜੀ ਹੈਗੀ ਆ, ਉਹਨਾਂ ਦੀ ਸਪੈਸ਼ਲਿਸਟੀ ਇਹ ਹੈ ਕਿ AB5 ਜਿਹੜਾ ਬਿੱਲ ਹੈਗਾ ਉਹਦੇ ਬਾਰੇ ਹੀ ਉਹਨਾਂ ਨੇ ਸਪੈਸ਼ਲਿਸਟੀ ਕੀਤੀ ਹੋਈ ਆ। ਇਹਨਾਂ ਕੋਲੋਂ ਜਾਣਾਂਗੇ ਕੀ ਇਹ ਬਿੱਲ ਹੈ, ਕੀ ਇਹਦੇ ਨਾਲ ਟਰੱਕਿੰਗ ਇੰਡਸਟਰੀ ਕਿੰਨੀ ਕੁ ਪ੍ਰਭਾਵਿਤ ਹੋਵੇਗੀ, ਜਾਂ ਕੀ ਇਹ ਕੰਪਨੀ ਜਿਹੜੀ ਆ ਸਾਡੇ ਵਾਸਤੇ ਕਰ ਸਕਦੀ ਹੈ। ਮਿਲਦੇ ਹਾਂ ਸੁਰਿੰਦਰ ਸਿੰਘ ਮਾਨ ਹੁਣ। ਹਾਂਜੀ ਸੁਰਿੰਦਰ ਸਿੰਘ ਮਾਨ ਭਾਅ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਜਗਤਾਰ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਭਾਅ ਜੀ, ਜੀ ਆਇਆਂ ਨੂੰ ਤੁਹਾਨੂੰ। ਥੈਂਕ ਯੂ, ਕਾਫੀ ਦੇਰ ਬਾਅਦ ਦਰਸ਼ਨ ਮਿਲੇ ਹੋਏ ਆ। ਨਹੀਂ ਨਹੀਂ, ਦਰਸ਼ਨ ਤੁਹਾਡੇ ਭਾਅ ਜੀ ਬੜੇ ਚਿਰ ਲਾਰੇ ਲਾਏ, ਅੱਜ ਫਾਈਨਲੀ ਤੁਸੀਂ ਆ ਕੇ ਸਾਨੂੰ ਦਰਸ਼ਨ ਦਿੱਤੇ ਆ, ਬੜੀ ਖੁਸ਼ੀ ਵਾਲੀ ਗੱਲ ਹੈ, ਬਹੁਤ ਚੰਗਾ ਲੱਗਦਾ ਤੁਹਾਨੂੰ ਮਿਲ ਕੇ। ਜੀ ਬਿਲਕੁਲ, ਅੱਜ ਆਪਾਂ ਗੱਲਬਾਤ ਕਰਾਂਗੇ ਅੱਜ ਜਿਹੜਾ AB5 ਬਿੱਲ ਆਇਆ ਨਵਾਂ, ਲੋਕ ਬਹੁਤ ਡਰੇ ਹੋਏ ਨੇ, ਅੱਜ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਵੀ AB5 ਹੈ ਕੀ ਹੈ ਜੀ। ਜੀ ਜੀ, ਨਹੀਂ ਬਿਲਕੁਲ ਭਾਅ ਜੀ, ਜਿਹੜਾ ਕੈਲੀਫੋਰਨੀਆ ਅਸੈਂਬਲੀ ਬਿੱਲ 5 ਜਿਹੜਾ ਇਹ ਕੋਈ ਇਹ ਨਵਾਂ ਬਿੱਲ ਹੈ, ਅਤੇ ਬਿੱਲ ਦੇ ਵਿੱਚ ਜਿੱਦਾਂ ਉਹਨਾਂ ਨੇ ਜਿੰਨੀ ਵੀ ਜਿਹੜੀ ਆਪਣੀ ਕਮਿਊਨਿਟੀ ਹੈ ਜਿਹੜੀ 1099 ਦੇ ਉੱਤੇ ਕੰਮ ਕਰਦੀ ਹੈ, ਥੋੜ੍ਹਾ ਜਿਹਾ ਉਹਨਾਂ ਨੂੰ ਪ੍ਰਭਾਵਿਤ ਕਰੂਗੀ, ਕਿਉਂਕਿ ਇਹ ਜਿਹੜਾ 1099 ਦੀ ਰੀਕੁਆਲੀਫਿਕੇਸ਼ਨ ਜਿਹੜੀ ਰੀਕਲਾਸੀਫਿਕੇਸ਼ਨ ਹੈ ਉਹਨੂੰ ਉਹ ਫੁੱਲ ਟਾਈਮ ਇੰਪਲੋਈ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਤਲਬ ਇਹ ਕਾਨੂੰਨ ਇਹਨਾਂ ਨੇ ਪਾਸ ਕਰਤਾ ਅਤੇ ਇਹਦਾ ਵਿਰੋਧ ਵਗੈਰਾ ਵੀ ਹੋ ਰਿਹਾ, ਲੋਕ ਤਾਂ ਡਰੇ ਹੋਏ ਬਹੁਤ ਹੈਗੇ। ਵਿਰੋਧ ਹੋ ਰਿਹਾ, ਹਾਂਜੀ ਵਿਰੋਧ ਹੋ ਰਿਹਾ, ਜਿੱਦਾਂ ਹੁਣ ਜੇ ਤੁਸੀਂ ਕਹਿ ਲਓ ਕਿ ਊਬਰ ਨੂੰ ਕਹਿ ਲਓ ਜਾਂ ਲਿਫਟ ਨੂੰ ਕਹਿ ਲਓ ਜਾਂ ਕੈਲੀਫੋਰਨੀਆ ਟਰੱਕਿੰਗ ਅਥਾਰਟੀ ਕਹਿ ਲਓ, ਉਹਨਾਂ ਨੇ ਸੂ ਵਗੈਰਾ ਕੀਤਾ ਹੋਇਆ, ਪਰ ਉਹਨੂੰ ਤਾਂ ਚਲੋ ਹੁਣ ਸਮਾਂ ਲੱਗੂਗਾ ਜੋ ਵੀ ਰਿਜ਼ਲਟਸ ਆਉਂਦੇ ਨੇ, ਪਰ ਇਹ ਜਿਹੜਾ ਬਿੱਲ ਲਾਗੂ January 1, 2020 ਤੋਂ ਹੋ ਰਿਹਾ। ਅੱਛਾ, ਅਤੇ ਜਿੱਦਾਂ ਲੋਕ ਡਰੇ ਹੋਏ ਨੇ, ਤੁਸੀਂ ਇਹ ਤੁਹਾਡੀ ਕੰਪਨੀ ਜਿਹੜੀ ਆ ਮਾਨ ਫੋਰਸ ਇਹਦਾ ਹੱਲ ਕਰਦੀ ਹੈ, ਇਹਦੇ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਉਹ ਵੀ ਆਪਾਂ ਚਲੋ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ। ਜਿਹੜੇ ਡਰੇ ਲੋਕ ਹੈ ਉਹਨਾਂ ਨੂੰ ਕੀ ਕਰਨਾ ਚਾਹੀਦਾ, ਮੇਰੇ ਹਿਸਾਬ ਦੇ ਨਾਲ ਸਿੱਧਾ ਤੁਹਾਨੂੰ ਫੋਨ ਕਰਨ 'ਤੇ ਡਰ ਲੈ ਜੂ? ਨਹੀਂ, ਬਹੁਤ ਬਹੁਤ ਵਧੀਆ ਗੱਲ ਹੈ ਜੀ, ਨਹੀਂ ਡਰਨ ਵਾਲੀ ਕੋਈ ਗੱਲ ਨਹੀਂ, ਡਰਨ ਵਾਲੀ ਕੋਈ ਗੱਲ ਨਹੀਂ, ਨਵਾਂ ਲਾਅ ਹੈ ਅਤੇ ਲਾਅ ਨੂੰ ਫੋਲੋ ਕਰਨਾ ਸਾਰਿਆਂ ਨੇ, ਅਤੇ ਜੇ ਉਹ ਇਸੇ ਕਰਕੇ ਅਸੀਂ ਇੱਥੇ ਹੈਗੇ ਹਾਂ, ਕੋਈ ਵੀ ਕੁਐਸਚਨ ਹੈ ਕਾਲ ਕਰੋ, ਤਾਂ ਹਰ ਚੀਜ਼ ਦਾ। ਜੀ ਬਿਲਕੁਲ, ਡਰਨ ਦੀ ਕੋਈ ਲੋੜ ਨਹੀਂ, ਕਾਨੂੰਨ ਬਣਿਆ ਅਤੇ ਕਾਨੂੰਨ ਨੂੰ ਫੋਲੋ ਕਰਨਾ ਪਏਗਾ ਇੱਕ ਤਾਂ, ਬਾਕੀ ਅੱਗੇ ਮੈਨੇਜ ਕਿਵੇਂ ਕਰਨਾ, ਮੇਰੇ ਖਿਆਲ ਤੁਹਾਡੀ ਕੰਪਨੀ ਜਿਹੜੀ ਹੈ ਸਰਵਿਸਿਜ਼ ਦੇਵੇਗੀ ਕਿ ਤੁਸੀਂ ਸ਼ੁਰੂ ਤੋਂ ਕਿਵੇਂ ਮੈਨੇਜ ਕਰਨਾ ਹੈਗਾ, ਪੇਰੋਲ ਕਿਵੇਂ ਮੈਨੇਜ ਕਰਨਾ, ਫਿਰ ਟੈਕਸ ਕਿਵੇਂ ਮੈਨੇਜ ਕਰਨਾ, ਜਾਂ ਕਿਹੋ ਜਿਹਾ ਹੋਰ ਵੀ ਕੁਛ ਹੈ? ਨਹੀਂ, ਸਾਡੇ ਕੋਲ ਪੂਰਾ ਇੱਕ ਪੂਰਾ ਪੂਰਾ ਦਾ ਪੂਰਾ ਪੈਕੇਜ ਹੈ, ਜਿੱਥੋਂ ਤੁਸੀਂ ਇੱਕ ਨਵਾਂ ਇੰਪਲੋਈ ਨੂੰ ਹਾਇਰ ਕਰਨ ਤੋਂ ਉਹਦੇ ਕੋਲ ਜਿਹੜੇ ਵੱਖਰੇ ਕੰਟਰੈਕਟ ਸਾਈਨ ਕਰਾਉਣੇ ਨੇ ਜਾਂ ਤੁਸੀਂ ਉਹਨਾਂ ਦਾ ਪੇਰੋਲ ਕਿੱਦਾਂ ਮੇਨਟੇਨ ਕਰਨਾ, ਪੂਰਾ ਪੈਕੇਜ ਜਿਹੜਾ ਉਹ ਅਸੀਂ ਆਫਰ ਕਰਦੇ ਹਾਂ। ਚਲੋ ਜੀ, ਬਾਕੀ ਵੀ ਜਾਣਕਾਰੀ ਜ਼ਰੂਰ ਇਹਨਾਂ ਕੋਲ ਲਵਾਂਗੇ, ਅਤੇ ਪਰ ਨਾਲ ਨਾਲ ਇਹ ਵੀ ਤੁਸੀਂ ਬੜਾ ਵਧੀਆ ਐਲੇ ਦੇ ਵਿੱਚ ਕਿਉਂ ਡਿਸੀਜਨ ਲਿਆ ਕਿ ਹੋਰ ਸ਼ਹਿਰ ਕਿਉਂ ਨਹੀਂ ਅਮਰੀਕਾ ਦਾ? ਨਹੀਂ ਨਹੀਂ, ਐਲੇ ਤਾਂ ਤੁਹਾਨੂੰ ਪਤਾ ਹੈ ਕਿ ਕਾਫੀ ਦੇਰ ਤੋਂ ਇੱਥੇ ਹੀ। ਜੀ ਜੀ, ਹਾਂਜੀ, ਕਾਫੀ ਜ਼ਿਆਦਾ, ਆਲਮੋਸਟ ਤੁਸੀਂ ਪਿਛਲੇ 20 ਸਾਲ ਤੋਂ ਲਾ ਲਓ। ਅੱਛਾ ਜੀ ਜੀ, ਹਾਂਜੀ। ਨਹੀਂ, ਐਲੇ ਸ਼ਹਿਰ ਕਿਉਂ ਪਸੰਦ ਆਇਆ? ਇਹ ਤੁਸੀਂ ਇਹ ਕਹਿ ਲਓ ਕਿ ਆਪਣੀ ਪੰਜਾਬ ਦੀ ਧਰਤੀ ਵਰਗਾ ਹੀ ਹੈ, ਇੱਥੇ ਮੌਸਮ ਨਾ ਕਿਤੇ ਬਹੁਤੀ ਜ਼ਿਆਦਾ ਠੰਡ ਹੁੰਦੀ ਹੈ ਅਤੇ ਨਾ ਬਹੁਤੀ ਜ਼ਿਆਦਾ ਗਰਮੀ ਹੁੰਦੀ ਹੈ, ਅਤੇ ਹੁਣ ਤਾਂ ਤੁਸੀਂ ਵੀ ਕੈਲੀਫੋਰਨੀਆ ਮੂਵ ਹੋ ਗਏ, ਹੁਣ ਤੁਸੀਂ ਵੀ ਇਸ ਚੀਜ਼ ਦਾ। ਨਾਲੇ ਜਿਹੜਾ ਤੁਹਾਡਾ ਕੰਮ ਹੈਗਾ ਇਹ ਕੰਮ, ਤਾਂ ਇਹ ਤਾਂ ਆਮ ਤੌਰ 'ਤੇ ਫੋਨ 'ਤੇ ਜਾਂ ਤਾਂ ਈਮੇਲ ਵਗੈਰਾ ਜਾਂ ਇੰਟਰਨੈਟ 'ਤੇ ਤੁਹਾਡੇ ਵੈਬਸਾਈਟ ਦੇ ਜ਼ਰੀਏ ਹੋ ਜਾਣਾ, ਸੋ ਬੈਠੇ ਅੱਜ ਕੱਲ੍ਹ ਇਹ ਮਾਨਾ ਨਹੀਂ ਰੱਖਦਾ ਕਿ ਤੁਸੀਂ ਪਹਿਲਾਂ ਹੁੰਦਾ ਸੀ ਵੀ ਜਿਹੜੀ ਦੁਕਾਨ ਪਾਉਣੀ ਹੈ ਅਤੇ ਸ਼ਹਿਰ ਦੇ ਵਿਚਾਲੇ ਪਾਈਏ ਵੀ ਲੋਕ ਆਉਂਦੇ ਜਾਂਦੇ ਰਹਿਣਗੇ, ਤਾਂ ਆਉਣ ਜਾਣ ਵਾਲਾ ਕੰਮ ਜਿਹੜਾ ਅੱਜ ਕੱਲ੍ਹ ਘੱਟ ਗਿਆ। ਹਾਂਜੀ, ਨਹੀਂ ਬਿਲਕੁਲ, ਅਤੇ AB5 ਕਾਨੂੰਨ ਨਵਾਂ ਬਣਿਆ, ਪਰ ਤੁਸੀਂ ਤਾਂ ਕਾਫੀ ਲੰਬੇ ਅਰਸੇ 'ਚੋਂ ਇਸ ਫੀਲਡ ਦੇ ਵਿੱਚ, ਕਿੰਨੀ ਦੇਰ ਹੋ ਗਈ ਤੁਹਾਨੂੰ ਕਰਦੇ ਕੰਮ ਕਰ? ਸਾਨੂੰ ਕਾਫੀ ਸਾਲ ਹੋ ਗਏ ਜੀ, ਹੁਣ ਆਲਮੋਸਟ ਤੁਸੀਂ ਇਹ ਕਹੋਗੇ ਕੋਈ ਪਿਛਲੇ 15 ਸਾਲ ਹੋ ਗਏ ਨੇ ਇਸ ਲਾਈਨ ਦੇ ਵਿੱਚ ਨਾਲ। ਬਿਲਕੁਲ ਜੀ, ਅਸੀਂ ਗੱਲ ਕਰੀਏ ਅਗਰ ਤੁਹਾਡੇ ਹੋਰ ਵੀ ਬਹੁਤ ਵਧੀਆ ਕੰਮ ਤੁਸੀਂ ਸਾਰੇ ਨਾਲ ਕਰਦੇ ਹੋ, ਪਰ ਇਹ AB5 ਜਿਹੜਾ ਹੈਗਾ ਅਸੈਂਬਲੀ ਬਿੱਲ 5 ਜੀ, ਇਹ
ਮੇਰੇ ਖਿਆਲ ਦੇ ਵਿੱਚ ਤਾਂ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪੰਜਾਬੀ ਨੂੰ ਆਦਤ ਪੈ ਜਾਊਗੀ ਇਹਦੇ 'ਚ ਫਿਰ ਠੀਕ ਹੋ ਜਾਏਗਾ। ਨਹੀਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ, ਕੋਈ ਵੀ ਜਦੋਂ ਨਵੀਂ ਚੀਜ਼ ਆਉਂਦੀ ਹੈ ਜਾਂ ਤੁਸੀਂ ਕਹੋ ਕਿ ਜੇ ਅਸੀਂ ਆਪਣੇ ਲੈਵਲ 'ਤੇ ਲਾ ਲਈਏ ਕੋਈ ਨਵੀਂ ਚੀਜ਼ ਸਿੱਖਣੀ ਪੈਂਦੀ ਹੈ ਤਾਂ ਪਹਿਲਾਂ ਥੋੜ੍ਹੀ ਮੁਸ਼ਕਲ ਆਉਂਦੀ ਹੈ, ਅਤੇ ਮਗਰੋਂ ਜਦੋਂ ਤੁਸੀਂ ਉਸ ਚੀਜ਼ ਦੇ ਆਦੀ ਹੋ ਜਾਂਦੇ ਹੋ ਤਾਂ ਉਹ ਸੌਖਾ ਹੋ ਜਾਂਦਾ। ਪਰ ਜਿਹੜਾ ਬਿੱਲ ਹੈ ਇਹ ਬਿੱਲ ਜ਼ਰੂਰੀ ਬਿੱਲ ਹੈ ਕਿਉਂਕਿ ਅਸੀਂ ਸਾਰੇ ਕੰਮਕਾਰ ਕਰਦੇ ਹਾਂ, ਸਾਡੇ ਪੇਰੋਲ ਦੇ ਨਾਲ ਰਿਲੇਟਡ ਹੈਗਾ, ਅਤੇ ਇਹਨੂੰ ਜਿੰਨੀ ਜਲਦੀ ਆਪਾਂ ਸਾਰੇ ਇਹਦੇ ਜਿਹੜੇ ਲਾਸ ਨੂੰ ਫੋਲੋ ਕਰਕੇ ਉਹਦੇ ਮੁਤਾਬਿਕ ਚੱਲੀਏ ਅਤੇ ਉਹ ਸਾਰਿਆਂ ਜੀ, ਕਿਉਂਕਿ ਇਹ ਜਨਵਰੀ ਤੋਂ ਸ਼ੁਰੂ ਹੋ ਚੁੱਕਾ ਹੈ ਜੀ, ਅਤੇ ਜਨਵਰੀ ਦੇ ਵਿੱਚੋਂ ਸ਼ੁਰੂ ਕਰਕੇ ਜਿੰਨੇ ਵੀ ਹੈਗੇ ਨੇ ਸਾਡੇ ਦਰਸ਼ਕ, ਉਹ ਅਗਰ ਹੁਣ ਤੋਂ ਹੀ ਇਹਨੂੰ ਪੇਰੋਲ ਨੂੰ ਇਹਨਾਂ ਨਾਲ ਗੱਲਬਾਤ ਕਰਕੇ ਅਤੇ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ, ਕੀ ਕਰਨਾ ਚਾਹੀਦਾ, ਕੀ ਰਿਕੁਆਇਰਮੈਂਟ ਹੈਗੀ ਆ, ਇਹਨਾਂ ਨੂੰ ਫੋਨ ਨੰਬਰ ਫੋਨ 'ਤੇ ਗੱਲ ਕਰਕੇ ਇੱਕ ਤਾਂ ਜਿਹੜਾ ਦਿਮਾਗ ਦੇ ਵਿੱਚ ਡਰ ਬੈਠਾ ਉਹ ਚੱਕਿਆ ਜਾਊਗਾ। ਇੱਕ ਤੁਹਾਨੂੰ ਜਾਣਕਾਰੀ ਕੋਈ ਵੀ ਚਾਹੀਦੀ ਇਹਦੇ ਬਾਰੇ AB5 ਬਿੱਲ ਬਾਰੇ, ਜ਼ਰੂਰੀ ਨਹੀਂ ਕਿ ਟਰੱਕਾਂ ਨਾਲ ਸੰਬੰਧਿਤ ਹੀ ਹੈ, ਕਿਸੇ ਵੀ ਬਿਜ਼ਨਸ ਦੇ ਵਿੱਚ ਤੁਸੀਂ ਹੈਗੇ ਹੋ 1099 ਦਿੰਦੇ ਹੋ ਜਾਂ W2 ਦਿੰਦੇ ਹੋ, ਉਹਦੇ ਬਾਰੇ ਇਹਨਾਂ ਨੂੰ ਸੁਰਿੰਦਰ ਸਿੰਘ ਮਾਨ ਉਹਨਾਂ ਨੂੰ ਫੋਨ ਕਰਕੇ ਜਾਣਕਾਰੀ ਜ਼ਰੂਰ ਹਾਸਲ ਕਰ ਲਓ ਜੀ। ਫਿਲਹਾਲ ਆਪਾਂ ਬ੍ਰੇਕ ਲੈ ਲਈਏ, ਨਾਲੇ ਫਿਰ ਦਫ਼ਤਰ ਜਾ ਕਰਦੇ ਗੱਲਾਂਬਾਤ। ਵਾਹ ਜੀ ਵਾਹ ਸੁਰਿੰਦਰ ਭਾਅ ਜੀ, ਬਹੁਤ ਵਧੀਆ ਪਹਾੜਾਂ ਦੇ ਵਿੱਚ ਮੈਂ ਕਹਿੰਦਾ ਬਹਿਜਾ ਕਰਾਈ ਪਈ ਹੈ, ਔਰ ਦਫ਼ਤਰ ਬਹੁਤ ਸੋਹਣਾ ਬਣਾਇਆ ਤੁਸੀਂ। ਅਤੇ ਆਪਾਂ AB5 ਦੀ ਗੱਲ ਕਰਦੇ ਹਾਂ, AB5 ਦਾ ਹਜੇ ਲੋਕਾਂ ਨੂੰ ਬੜਾ ਪਤਾ ਨਹੀਂ ਜੀ, ਸੋ AB5 ਦਾ ਕੀ ਇਫੈਕਟ ਹੋ ਸਕਦਾ ਖਾਸ ਤੌਰ 'ਤੇ ਟਰੱਕਾਂ ਵਾਲਿਆਂ 'ਤੇ ਜਾਂ ਆਮ ਲੋਕਾਂ 'ਤੇ, ਸਾਡੇ ਤੁਹਾਡੇ 'ਤੇ ਕੀ ਅਸਰ ਹੋ ਸਕਦਾ? ਨਹੀਂ ਜੱਗੀ ਭਾਅ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਸਾਡੇ ਆਫਿਸ ਦੇ ਵਿੱਚ, ਬਹੁਤ ਵਧੀਆ ਲੱਗਾ ਤੁਹਾਨੂੰ ਤੁਹਾਡੀ ਜਸ ਪੰਜਾਬੀ ਦੀ ਟੀਮ ਨੂੰ ਮਿਲ ਕੇ। AB5 ਜਿਹੜਾ ਇੱਕ ਨਵਾਂ ਕੰਪਲਾਇੰਸ ਜਿਹੜੀ ਕੈਲੀਫੋਰਨੀਆ ਗਵਰਨਮੈਂਟ ਜਿਹੜੀ ਲਾਅ ਕਰਨ ਲੱਗੀ ਸ਼ੁਰੂ, ਇਹ ਇਹਨਾਂ ਨੇ ਹੁਣੇ September 2019 'ਚ ਪਾਸ ਕੀਤਾ ਲਾਅ। ਇਹਦੇ ਵਿੱਚ ਇਹ ਕੀ ਕਰਨ ਲੱਗੇ ਭਾਅ ਜੀ ਕਿ ਜਿਹੜੀ ਕਲਾਸੀਫਿਕੇਸ਼ਨ ਹੈ ਇੰਡੀਪੈਂਡੈਂਟ ਕੰਟਰੈਕਟਰਸ ਦੀ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਅਸੀਂ 1099 ਦੇ ਉੱਤੇ ਟੈਕਸ ਭਰਦੇ ਹਾਂ, ਉਸ ਕਲਾਸੀਫਿਕੇਸ਼ਨ ਨੂੰ ਰੀਕਲਾਸੀਫਾਈ ਕਰਨ ਲੱਗੇ ਆ ਕਿ ਉਹਨੂੰ ਅਸੀਂ ਫੁੱਲ ਟਾਈਮ ਇੰਪਲੋਈ ਕਰਨਾ। ਉਹਨੂੰ ਕਰਨ ਵਾਸਤੇ ਇਹਨਾਂ ਨੇ 4 ਜਿਹੜੇ ਮਾਈਲਸਟੋਨਸ ਰੱਖੇ ਨੇ, 4 ਸਟੈਪ ਰੱਖੇ ਨੇ ਮੋਟੇ ਮੋਟੇ, ਕਿ ਜੇ ਤੁਸੀਂ ਉਹਨਾਂ ਨੂੰ ਫੋਲੋ ਉਹਨਾਂ ਦੀ ਕੈਟਾਗਰੀ ਨੂੰ ਵਿੱਚ ਆਉਂਦੇ ਹੋ ਤਾਂ ਫਿਰ ਤੁਸੀਂ ਇੰਡੀਪੈਂਡੈਂਟ ਕੰਟਰੈਕਟਰ ਆਪਣੇ ਆਪ ਨੂੰ ਨਹੀਂ ਕਵਾ ਸਕਦੇ। ਅੱਛਾ, ਅਤੇ ਜਿਹਦੇ ਵਿੱਚ ਤੁਸੀਂ ਉਹ 4 ਸਟੈਪ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਬਿਜ਼ਨਸ, ਜੇ ਤੁਸੀਂ ਬਿਜ਼ਨਸ ਰਨ ਕਰਦੇ ਹੋ ਤਾਂ ਬਿਜ਼ਨਸ ਨੂੰ ਸੁਪਰਵਾਈਜ਼ ਕੌਣ ਕਰਦਾ, ਅਤੇ ਜੇ ਬਿਜ਼ਨਸ ਜਿੱਦਾਂ ਹੁਣ ਫਰਜ਼ ਕਰੀਏ ਕਿ ਆਪਾਂ ਕੋਈ ਬਿਜ਼ਨਸ ਹੈ, ਇੱਕ ਬੈਂਕ ਹੈ, ਬੈਂਕ ਦੇ ਵਿੱਚ ਮੈਨੇਜਰ ਹੁੰਦਾ ਜਿਹੜਾ ਮੈਨੇਜਰ ਨੂੰ ਜਿਹੜਾ ਸੁਪਰਵਾਈਜ਼ ਕਰਦਾ, ਅਤੇ ਜੇ ਮੈਂ ਉੱਥੇ ਐਜ਼ ਏ ਇੰਪਲੋਈ ਕੰਮ ਕਰਦਾ ਤਾਂ ਮੈਂ ਉੱਥੇ ਇੰਡੀਪੈਂਡੈਂਟ ਕੰਟਰੈਕਟਰ ਨਹੀਂ ਕੰਮ ਕਰ ਸਕਦਾ ਜੀ, ਕਿਸੇ ਵੀ ਮਹਿਕਮੇ 'ਚ। ਜੀ ਬਿਲਕੁਲ ਜੀ, ਕਿਸੇ ਵੀ ਬਿਜ਼ਨਸ ਦੇ ਵਿੱਚ। ਜੀ 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 ਬਿਲਕੁਲ। ਦੂਜਾ ਉਹਦੇ ਵਿੱਚ ਜਿਹੜਾ ਹੈਗਾ ਕਿ ਜੇ ਤੁਸੀਂ ਐਜ਼ ਅ ਬਿਜ਼ਨਸ ਓਨਰ ਕੋ ਜਾ ਕੇ ਤੁਸੀਂ ਜੋਬ ਕਰਦੇ ਹੋ ਅਤੇ ਜੇ ਜਿਹੜਾ ਇਕੁਇਪਮੈਂਟ ਹੈ ਜਾਂ ਉਹਦਾ ਟੂਲਸ ਵਗੈਰਾ ਨੇ ਉਹ ਤੁਹਾਡੇ ਆਪਣੇ ਨੇ ਕਿ ਬਿਜ਼ਨਸ ਓਨਰ ਤੁਹਾਨੂੰ ਪ੍ਰੋਵਾਈਡ ਕਰਦਾ। ਹੁਣ ਇਹਦੀ ਇਗਜ਼ਾਮਪਲ ਆਪਾਂ ਜੇ ਲੈ ਲਈਏ ਕਿ ਜੇ ਫਰਜ਼ ਕਰੋ ਕਿ ਮੈਂ ਘਰ ਕੋਈ ਪਲੰਬਰ ਨੂੰ ਬੁਲਾਉਣਾ, ਅਤੇ ਉਹ ਪਲੰਬਰ ਨੂੰ ਜਦੋਂ ਮੈਂ ਬੁਲਾਉਂਦਾ ਤਾਂ ਉਹਨੂੰ ਮੈਂ ਇਹ ਨਹੀਂ ਕਹਿੰਦਾ ਕਿ ਭਾਈ ਤੂੰ ਮੇਰੇ ਟੂਲ ਯੂਜ਼ ਕਰ, ਉਹ ਆਪਣਾ ਸਾਰਾ ਕਿੱਟ ਲੈ ਕੇ ਆਉਂਦਾ, ਅਤੇ ਉਹਦਾ ਜਿਹੜਾ ਦੂਸਰਾ ਸਟੈਪ ਜਿਹੜਾ ਆਪਾਂ ਗੱਲ ਕਰਦੇ ਪਏ। ਤੀਜਾ ਆਉਂਦਾ ਹੈ ਕਿ ਜਿਹੜਾ ਉਹ ਇੰਪਲੋਈ ਹੈ ਉਹਦੇ ਆਵਰਸ ਕੌਣ ਮੈਨੇਜ ਕਰਦਾ। ਅੱਛਾ, ਕਿ ਹੁਣ ਜਿੱਦਾਂ ਆਪਾਂ ਪਲੰਬਰ ਦੀ ਗੱਲ ਕਰਦੇ ਹਾਂ ਅਤੇ ਪਲੰਬਰ ਦੀ ਗੱਲ ਕਰਨ ਦੇ ਨਾਲ ਇਹ ਹੁੰਦਾ ਹੈ ਕਿ ਉਹਦੇ ਆਵਰ ਜਿਹੜੇ ਨੇ ਉਹ ਪਲੰਬਰ ਜਿਹੜਾ ਖੁਦ ਮੈਨੇਜ ਕਰਦਾ, ਤੁਸੀਂ ਉਹਨੂੰ ਨਹੀਂ ਉਹਦੇ ਆਵਰਸ ਮੈਨੇਜ ਕਰਦੇ। ਅਤੇ ਚੌਥਾ ਜਿਹੜਾ ਸਭ ਤੋਂ ਜ਼ਰੂਰੀ ਜਿਹੜਾ ਸਟੈਪ ਇਹਦੇ ਵਿੱਚ ਹੈ ਉਹ ਹੈਗਾ ਕਿ ਤੁਸੀਂ ਜਿਹੜੀ ਤੁਹਾਡੀ ਲਾਈਨ ਆਫ ਬਿਜ਼ਨਸ ਹੈ ਉਹ ਸੇਮ ਨਹੀਂ ਹੋਣੀ ਚਾਹੀਦੀ। ਅੱਛਾ, ਹੁਣ ਜੇ ਆਪਾਂ ਸਪੈਸ਼ਲੀ ਆਪਣੀ ਇੰਡਸਟਰੀ ਦੀ ਗੱਲ ਕਰ ਲਈਏ ਜਾਂ ਆਪਣੀ ਕਮਿਊਨਿਟੀ ਦੀ ਗੱਲ ਕਰ ਲਈਏ ਕਿ ਜਿੱਦਾਂ ਹੁਣ ਟਰੈਕਿੰਗ ਹੈ, ਟਰੈਕਿੰਗ ਦੇ ਵਿੱਚ ਆਪਣੀ ਕਮਿਊਨਿਟੀ ਬਹੁਤ ਸਾਰੀ ਕਮਿਊਨਿਟੀ ਜਿਹੜੀ ਇੰਡਲਜ ਹੈ, ਅਤੇ ਜੇ ਹੁਣ ਜੇ ਐਜ਼ ਅ ਬਿਜ਼ਨਸ ਓਨਰ ਤੁਸੀਂ ਆਪਣੇ ਤੁਹਾਡੇ ਤੁਸੀਂ ਕਿਸੇ ਨੂੰ ਲੀਜ਼ ਦੇ ਉੱਤੇ ਅੱਗੇ ਆਪਣਾ ਨਾਲ ਰੱਖਦੇ ਹੋ ਅਤੇ ਉਹ ਜੇ ਓਨਰ ਓਪਰੇਟਰ ਤੁਹਾਡੇ ਨਾਲ ਕੰਮ ਕਰਦਾ ਤਾਂ ਤੁਹਾਡੀ ਲਾਈਨ ਸੇਮ ਹੈ। ਪਹਿਲਾਂ ਜਨਰਲੀ ਇਹੀ ਹੁੰਦਾ ਕਿ ਬੰਦਾ ਕਹਿੰਦਾ ਜੀ ਮੇਰੀਆਂ ਆਪਣੀ ਅਥਾਰਟੀਜ਼ ਨੇ, ਮੇਰੀ ਆਪਣੀ ਇੰਸ਼ੋਰੈਂਸ ਹੈ, ਮੈਂ ਆਪਣਾ ਟਰੱਕ ਟ੍ਰੇਲਰ ਦੀ ਪੇਮੈਂਟ ਮੈਨੇਜ ਕਰਦਾ, ਆਪਣੇ ਸਾਰੇ ਜਿਹੜੇ ਫਿਊਲ ਨੇ, ਮੇਨਟੇਨੈਂਸ ਸਾਰਾ ਕੁਝ ਮੈਂ ਮੈਨੇਜ ਕਰਦਾ, ਅਤੇ ਉਹ ਮੈਂ ਜਿਹੜੇ ਐਂਡ ਆਫ ਦ ਈਅਰ ਤੁਸੀਂ ਮੈਨੂੰ ਪੈਸੇ ਦਿੰਦੇ ਹੋ ਅਤੇ ਮੈਂ ਉਹਦੇ ਉੱਤੇ 1099 ਐਜ਼ ਅ ਇੰਡੀਪੈਂਡੈਂਟ ਹਾਂਜੀ ਭਰ ਦੇਣਾ। ਹੁਣ ਇਹ ਹੋਇਆ ਆਪਣਾ ਭਾਅ ਜੀ ਕਿ ਇਹ ਜਿਹੜੀ ਕੈਲੀਫੋਰਨੀਆ ਅਸੈਂਬਲੀ ਬਿੱਲ 5 ਜਿਹਨੂੰ ਅਸੀਂ AB5 ਕਹਿੰਦੇ ਹਾਂ, ਉਹਦੇ ਵਿੱਚ ਇਹ ਕਹਿੰਦੇ ਆ ਕਿ ਜੇ ਤੁਹਾਡੀਆਂ ਆਹ ਸਾਰੀ ਚੀਜ਼ਾਂ ਦੇ ਵਿੱਚ ਤੁਸੀਂ ਆਉਂਦੇ ਹੋ ਕਿ ਤੁਹਾਡੀ ਲਾਈਨ ਵੀ ਸੇਮ ਹੈ, ਤੁਹਾਡੇ ਆਵਰਸ ਵੀ ਤੁਹਾਡਾ ਜਿਹੜਾ ਮੈਨੇਜਰ ਮੈਨੇਜ ਕਰਦਾ, ਤੁਹਾਨੂੰ ਟੂਲਸ ਵੀ ਬੇਸਿਕਲੀ ਉਹ ਪ੍ਰੋਵਾਈਡ ਕਰਦਾ, ਤਾਂ ਤੁਸੀਂ ਆਪਣੇ ਆਪ ਨੂੰ ਇੰਡੀਪੈਂਡੈਂਟ ਕੈਟਾਗਰੀ ਦੇ ਵਿੱਚ, ਇੰਡੀਪੈਂਡੈਂਟ ਕੰਟਰੈਕਟਰ ਕੈਟਾਗਰੀ 'ਚ ਨਹੀਂ ਪਾ ਸਕਦੇ। ਅੱਛਾ, ਅਤੇ ਤੁਹਾਨੂੰ ਜਿਹੜੇ ਆਪਣੇ ਜਿਹੜਾ ਬਿਜ਼ਨਸ ਓਨਰ ਹੈ, ਬਿਜ਼ਨਸ ਓਨਰ ਨੂੰ ਉਸ ਬੰਦੇ ਨੂੰ ਐਜ਼ ਐਨ ਇੰਪਲੋਈ ਫੁੱਲ ਟਾਈਮ ਇੰਪਲੋਈ ਹਾਇਰ ਕਰਨਾ ਪੈਣਾ।
ਕਰਨਾ ਪਏਗਾ ਜੀ। ਅੱਛਾ ਇਹ ਇੱਕ ਬੜਾ ਅਜੀਬ ਜਿਹਾ ਨਹੀਂ ਲੱਗਦਾ ਆਪਾਂ ਨੂੰ, ਜਿਵੇਂ ਆਪਣੇ ਤਾਂ ਕੰਮ ਕਈ ਕਈ ਹੈਗੇ ਨੇ, ਇੱਕ ਬੰਦੇ ਦੇ ਕਈ ਕਈ ਕੰਮ ਹੈਗੇ ਨੇ ਜੀ ਜੀ। ਅੱਛਾ ਇਹਨੂੰ ਅਸੀਂ ਅਗਰ ਸਪੈਸ਼ਲੀ ਟਰੱਕਾਂ ਵਾਲੇ ਦੀ ਗੱਲ ਕਰੀਏ, ਟਰੱਕ ਇੰਡਸਟਰੀ ਨਾਲ ਜੋੜੀਏ ਜੀ, ਤੇ ਟਰੱਕ ਇੰਡਸਟਰੀ ਦੇ ਇਹਦੇ ਕੀ ਇਫੈਕਟ ਪੈ ਸਕਦੇ, ਚੰਗੇ ਜਾਂ ਮਾੜੇ? ਜੀ, ਟਰੱਕਿੰਗ ਇੰਡਸਟਰੀ ਦੇ ਵਿੱਚ ਇੱਕ ਕਾਫੀ ਹੁਣ ਜਿੱਦਾਂ ਆਪਾਂ ਕਹਿੰਦੇ ਹਾਂ ਖਲਬਲੀ ਮਚੀ ਹੋਈ ਹੈ ਇਸ ਲਾਅ ਕਰਕੇ, ਕਿਉਂਕਿ ਜੇ ਤੁਸੀਂ ਇੱਕ ਬਿਜ਼ਨਸ ਓਨਰ ਦੀ ਗੱਲ ਕਰੋ, ਜਦੋਂ ਉਹ ਬਿਜ਼ਨਸ ਓਨਰ ਇੱਕ ਬੰਦੇ ਨੂੰ ਇੰਡੀਪੈਂਡੈਂਟ ਕੰਟਰੈਕਟਰ ਹਾਇਰ ਕਰਦਾ, ਤਾਂ ਉਹਦੀ ਕੋਈ ਲਾਇਬਿਲਿਟੀ ਜ਼ਿਆਦਾ ਹੁੰਦੀ ਨਹੀਂ ਕਿ ਉਹ, ਕਿਉਂਕਿ ਹੁਣ ਉਸ ਬੰਦੇ ਨੇ ਆਪਣੇ ਸਾਰੇ ਖਰਚੇ ਆਪ ਭਰਨੇ ਆ, ਅਤੇ ਤੁਹਾਨੂੰ ਉਸ ਬੰਦੇ ਨੂੰ ਵਰਕਰਸ ਕੰਪ ਦੇਣ ਦੀ ਲੋੜ ਨਹੀਂ ਹੈਗੀ, ਤੁਹਾਨੂੰ ਉਸ ਬੰਦੇ ਨੂੰ ਡਿਸੇਬਿਲਿਟੀ ਇੰਸ਼ੋਰੈਂਸ ਦੇਣ ਦੀ ਲੋੜ ਨਹੀਂ ਹੈਗੀ, ਤੁਹਾਨੂੰ ਉਸ ਬੰਦੇ ਨੂੰ ਅਨਇੰਪਲੋਇਮੈਂਟ ਇੰਸ਼ੋਰੈਂਸ ਦੇਣ ਦੀ ਲੋੜ ਨਹੀਂ। ਪਰ ਜਦੋਂ ਉਹ ਬੰਦਾ ਤੁਹਾਡਾ ਇੱਕ ਫੁੱਲ ਟਾਈਮ ਇੰਪਲੋਈ ਬਣ ਜਾਂਦਾ, ਤਾਂ ਤੁਹਾਨੂੰ ਫਿਰ ਉਹ ਸਾਰੀਆਂ ਚੀਜ਼ਾਂ ਦੇਣੀਆਂ ਪੈਂਦੀਆਂ ਨੇ ਜਿਹੜੀ ਤੁਹਾਡੇ ਬਿਜ਼ਨਸ ਦੀ ਕੋਸਟ ਜਿਹੜੀ ਹੈ ਉਹਨੂੰ ਵਧਾਉਂਦੀ ਹੈ। ਸੋ ਇਹ ਇੱਕ ਤਰ੍ਹਾਂ ਦਾ ਇੱਕ ਨੈਗੇਟਿਵ ਫੈਕਟਰ ਹੈ ਜਿਹਦੇ ਕਰਕੇ ਕਮਿਊਨਿਟੀ ਵਿੱਚ ਕਾਫੀ ਡਿਸਕਰੇਜਮੈਂਟ ਆਈ ਹੋਈ ਹੈ ਇਸ ਬਿੱਲ ਦੇ ਨਾਲ। ਜੀ, ਟਰੱਕਿੰਗ ਇੰਡਸਟਰੀ ਤੁਸੀਂ ਗੱਲ ਕੀਤੀ ਹੈ ਜੀ, ਕਿ ਉਹ ਵੀ ਕਾਫੀ ਰਿਲੇਟਡ ਹੈਗੀ ਤੁਹਾਡੇ ਇਸ, ਅਸੀਂ ਤੁਹਾਡੀ AB5 ਦੀ ਗੱਲ ਕਰੀਏ ਜਾਂ ਤੁਹਾਡੀ ਕੰਪਨੀ ਜਿਹੜੀ ਹੈਗੀ ਹੈ ਮਾਨ ਫੋਰਸ ਨਾਮ ਦੀ ਕੰਪਨੀ ਤੁਸੀਂ ਬਣਾਈ ਹੈ, ਐਸਟੈਬਲਿਸ਼ ਕੀਤੀ ਹੈ, ਉਸ ਕੰਪਨੀ ਜਿਹੜੀ ਉਹ ਕੀ ਪ੍ਰੋਵਾਈਡ ਕਰੇਗੀ ਟਰੱਕ ਇੰਡਸਟਰੀ ਨੂੰ? ਅਸੀਂ ਭਾਅ ਜੀ ਬੇਸਿਕਲੀ ਜਿਹੜੇ ਤੁਹਾਡੇ ਸਾਰੇ ਪੇਰੋਲ ਜਿਹੜੇ ਨੇ ਅਸੀਂ ਮੈਨੇਜ ਕਰਾਂਗੇ, ਤੁਹਾਡੇ ਜਿਹੜੇ ਪੇਰੋਲ ਟੈਕਸਿਸ ਜਿਹਨੂੰ ਅਸੀਂ ਕਹਿੰਦੇ ਹਾਂ, ਤੁਹਾਡਾ ਐਂਡ ਆਫ ਦਾ ਈਅਰ ਜੇ ਤੁਹਾਨੂੰ ਟੈਕਸਿਸ ਦੇ ਵਿੱਚ ਲੋੜ ਪੈਂਦੀ ਹੈ ਅਤੇ ਡੈਫੀਨੇਟਲੀ ਉਹ 'ਚ ਵੀ ਹੈਲਪ ਕਰਾਂਗੇ। ਡਾਊਨ ਦਾ ਰੋਡ ਜੇ ਫਰਜ਼ ਕਰੋ ਕਿਤੇ ਕੋਈ ਇਸ਼ੂ ਵਗੈਰਾ ਆਉਂਦਾ, ਕੋਈ ਆਡਿਟ ਆਉਂਦੀ ਹੈ, ਉਹਦੇ ਵਿੱਚ ਵੀ ਅਸੀਂ ਹੈਲਪ ਕਰਾਂਗੇ। ਅੱਛਾ, ਇੱਥੇ ਸਵਾਲ ਜ਼ਰੂਰ ਸਾਡੇ ਦਰਸ਼ਕਾਂ ਦੇ ਦਿਮਾਗ ਦੇ ਵਿੱਚ ਇੱਕ ਹੋਰ ਆਇਆ ਹੋਏਗਾ ਜੀ, ਆਏਗਾ ਜੀ, ਕੰਪਨੀ ਤੁਸੀਂ ਕਿੰਨੇ W2 ਨੂੰ ਦੇਣਾ ਪੈਣਾ ਜੀ? ਮੰਨ ਲਓ ਕੰਪਨੀ 1099 ਦਿੰਦੀ ਹੈ ਜੀ, ਅਤੇ ਤੁਹਾਡੀ ਕੰਪਨੀ ਉਸ ਪੇਰੋਲ ਨੂੰ ਕਿਵੇਂ ਮੈਨੇਜ ਕਰੂਗੀ? ਨਹੀਂ, ਪਹਿਲੀ ਗੱਲ ਤਾਂ ਦੇਖੋ, ਜੇ ਤਾਂ ਤੁਸੀਂ ਭਾਅ ਜੀ 1099 ਦਿੰਦੇ ਹੋ ਉਸ ਬੰਦੇ ਨੂੰ, ਉਹ ਇੱਕ ਤਰ੍ਹਾਂ ਦੀ ਪਹਿਲੀ ਗੱਲ ਤਾਂ ਉਹ ਵਾਇਲੇਸ਼ਨ ਹੈ। ਵਾਇਲੇਸ਼ਨ ਕੀਤੇ ਹੋਏਗੀ, ਲੈਣ ਵਾਲੇ ਤੇ ਜਾਂ ਦੇਣ ਵਾਲੇ ਤੇ ਵਾਇਲੇਸ਼ਨ? ਅੱਛਾ, ਦੇਣ ਵਾਲੇ ਤੇ ਵਾਇਲੇਸ਼ਨ ਹੋਏਗੀ, ਕਿਉਂਕਿ ਇਹ ਜਿਹੜਾ ਲਾਅ ਇਹ ਕਹਿੰਦਾ ਹੈ ਕਿ ਆਹ ਜਿਹੜੇ 4 ਸਟੈਪ ਅਸੀਂ ਡਿਸਕਸ ਕੀਤੇ ਨੇ, ਜੇ ਤੁਸੀਂ ਉਹਨਾਂ ਦੇ ਵਿੱਚੋਂ ਕਿਤੇ ਵੀ ਇੱਕ ਸਟੈਪ ਕੋਈ ਵੀ ਜਿਹੜਾ ਤੁਸੀਂ ਮੈਨੇਜ ਕਰਦੇ ਹੋ, ਤਾਂ ਤੁਸੀਂ ਉਸ ਬੰਦੇ ਨੂੰ 1099 ਨਹੀਂ ਦੇ ਸਕਦੇ। ਹੁਣ ਉਹਨੂੰ ਇੱਕ ਤਰ੍ਹਾਂ ਦਾ ਵਿਲਫੁਲ ਜਿਹੜੀ ਆਪਾਂ ਇਨਕੰਪਲਾਇੰਸ ਕਹਿੰਦੇ ਹਾਂ, ਉਹਦੇ ਵਿੱਚ ਤੁਹਾਨੂੰ ਜੇ ਜਿਹੜਾ ਦੇਣ ਵਾਲਾ ਬੰਦਾ ਉਹਨੂੰ ਕਰੀਬਨ 5,000 ਤੋਂ ਲੈ ਕੇ 25,000 ਪਰ ਵਾਇਲੇਸ਼ਨ ਦਾ ਫਾਈਨ ਪੈ ਸਕਦਾ। 5,000 ਤੋਂ ਲੈ ਕੇ 25,000 ਪਰ ਵਾਇਲੇਸ਼ਨ ਦਾ ਫਾਈਨ? ਜੀ ਜੀ ਜੀ, ਇਹ ਬੜਾ ਕੈਲੀਫੋਰਨੀਆ ਦੇ ਵਿੱਚ ਕਾਫੀ ਸਖਤ ਰੂਲ ਨੇ। ਬਿਲਕੁਲ, ਇਹ ਰੂਲ ਬਾਹਾਂ ਗਾਹਾਂ ਹੋਰ ਵੀ ਫੈਲਣ ਦੇ ਚਾਂਸ ਹੈਗੇ ਬਾਕੀ ਸਟੇਟਸ ਦੇ ਵਿੱਚ? ਨਹੀਂ, ਬੜਾ ਵਧੀਆ ਕੁਐਸਚਨ ਹੈ ਭਾਜੀ ਇਹ, ਕਿਉਂਕਿ ਜਿਹੜਾ ਹੁਣ ਜਿਹੜੀ ਕੈਲੀਫੋਰਨੀਆ ਇਹਨਾਂ ਨੇ ਇੱਕ ਤਰ੍ਹਾਂ ਦਾ ਇੱਕ ਟੈਸਟ ਵਾਂਗੂ ਇੱਥੇ ਇੰਪਲੀਮੈਂਟ ਕਰਨਾ, ਅਤੇ ਜੇ ਸਕਸੈਸਫੁਲ ਰਹੇ ਇੱਥੇ ਤਾਂ ਇਹ ਜਿਹੜਾ ਲਾਅ ਹੈ ਫਿਰ ਇਹਨਾਂ ਨੇ ਪੂਰਾ ਕੰਟਰੀ ਵਾਈਡ ਸਾਰੇ ਪਾਸੇ ਜਗ੍ਹਾ ਇੰਪਲੀਮੈਂਟ ਕਰਨਗੇ। ਅੱਛਾ ਸੁਰਿੰਦਰ ਜੀ, ਜਿਹੜੀ ਆਪਾਂ ਗੱਲ ਕਰ ਰਹੇ ਹਾਂ, AB5 ਦਾ ਬੜਾ ਪ੍ਰਭਾਵ ਪੈ ਰਿਹਾ, ਬਹੁਤ ਹੀ ਲੋਕ ਡਰੇ ਹੋਏ ਨੇ, ਹਾਹਾਕਾਰ ਮਚੀ ਪਈ ਹੈ। ਤੁਹਾਡੀ ਕੰਪਨੀ ਅਗਰ ਸ਼ੁਰੂ ਤੋਂ ਪੇਰੋਲ ਤੁਹਾਡੇ ਨਾਲ ਆ ਜਾਂਦਾ, ਮੰਨ ਲਓ ਜਨਵਰੀ ਤੋਂ ਹੋ ਜਾਂਦੇ ਸ਼ੁਰੂ, ਫਿਰ ਤਾਂ ਹੈਗਾ ਠੀਕ ਹੈ। ਮੰਨ ਲਓ ਕੋਈ ਬੰਦਾ 5 ਮਹੀਨੇ ਤੁਹਾਡੇ ਕੋਲ ਨਹੀਂ ਆਉਂਦਾ, ਅਪ੍ਰੈਲ 'ਚ ਆਉਂਦਾ, ਮਈ 'ਚ ਆਉਂਦਾ, ਜਾ ਕੇ ਉਦੋਂ ਬਾਅਦ ਤੁਸੀਂ ਕਿੱਥੇ ਖੜ੍ਹੇ ਹੋ, ਤੁਸੀਂ ਕੀ ਕਰੋਗੇ? ਸਾਡੇ ਕੋਲ ਤੁਸੀਂ ਜਿੱਦਣ ਤੋਂ ਆਉਂਦੇ ਹੋ ਤੁਸੀਂ ਫਰਜ਼ ਕਰੋ ਉਦੋਂ ਦੀ ਲੈਵਲਿਟੀ ਤੁਹਾਡੀ ਜੀ ਸਾਡੀ, ਬਿਕੋਜ਼ ਸਾਨੂੰ ਇਸ ਤੋਂ ਪਹਿਲਾਂ ਨਹੀਂ ਨਾ ਪਤਾ ਤੁਸੀਂ ਕਿਹਦੇ ਕੋਲ ਭਰਵਾਇਆ ਹੋਇਆ ਟੈਕਸ ਆਪਣਾ, ਤੁਸੀਂ ਕਿੱਦਾਂ ਕੀਤਾ ਆ, ਅਤੇ ਪਰ ਜਿਹੜੀ ਤੁਹਾਡਾ ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਹੈ ਕਿ ਜਿੰਨੀ ਜਲਦੀ ਕਰਦੇ ਹੋ ਉਨਾ ਬੈਟਰ ਹੈ, ਕਿਉਂਕਿ ਇਵੈਂਚੁਅਲੀ ਇਹ ਹੁਣ ਲਾਅ ਤਾਂ ਬਣ ਚੁੱਕਿਆ, ਅਤੇ ਇਹਨੂੰ ਤੁਸੀਂ ਇਹ ਕਹੀਏ ਕਿ ਆਪਾਂ 4 ਮਹੀਨੇ 'ਚ ਹੋਰ ਪਾ ਲਈਏ ਜਾਂ 6 ਮਹੀਨੇ ਪਾ ਲਾਂਗੇ, ਕੋਈ ਨਹੀਂ ਅਗਲੀ ਵਾਰ ਕਰ ਲਾਂਗੇ, ਕਿਤੇ ਨਾ ਕਿਤੇ ਉਹ ਮੁਸੀਬਤ ਜਿਹੜੀ ਹੈ ਡਾਊਨ ਦਾ ਰੋਡ ਉਹਨੂੰ ਤੁਸੀਂ ਅੱਜ ਅਵੋਇਡ ਕਰ ਸਕਦੇ ਹੋ, ਤਾਂ ਅੱਜ ਹੀ ਕਰੋ। ਹਾਂ ਸੁਰਿੰਦਰ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀ ਇਕੱਲੀ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਨਹੀਂ, ਕੋਈ ਵੀ ਬਿਜ਼ਨਸ ਕੋਈ ਹੈਗਾ, ਕਿਸੇ ਕੋਲ 1 ਇੰਪਲਾਈ, ਕਿਸੇ ਕੋਲ 10, ਕਿਸੇ ਕੋਲ 200 ਜੀ, ਹਰ ਬੰਦੇ ਦੀ ਤੁਸੀਂ ਹੈਲਪ ਕਰ ਸਕਦੇ ਇਸ ਜੀ ਮਾਨਫੋਰਸ ਕੰਪਨੀ ਦੇ ਜ਼ਰੀਏ ਜੀ, ਅਤੇ ਉਹਦਾ ਜ਼ਰੂਰੀ ਹੈ ਕਿ ਪੇਰੋਲ ਤੁਹਾਡੇ ਕੋਲ ਲੈ ਕੇ ਆਉਣ ਜੀ ਜੀ। ਫਿਰ ਇਹਦੀ ਅਗਰ ਗੱਲ ਕਰੀਏ ਫੀਸ ਵਗੈਰਾ, ਉਹ ਵੀ ਸਾਡੇ ਦਰਸ਼ਕ ਜ਼ਰੂਰ ਜਾਣਨੀ ਚਾਹੁੰਗੇ, ਉਹ ਵੀ ਦੱਸੋ ਕੀ ਹੈ? ਨਹੀਂ ਬਿਲਕੁਲ ਬਿਲਕੁਲ, ਜਿੱਦਾਂ ਤੁਸੀਂ ਕਿਹਾ ਕਿ ਕੋਈ ਵੀ ਬਿਜ਼ਨਸ ਹੈ, ਜਿਹੜਾ ਬਿਜ਼ਨਸ ਓਨਰ ਹੈ ਉਹਨਾਂ ਕੋਲ 4 ਇੰਪਲੋਈ ਨੇ, ਚਾਹੇ ਉਹਨਾਂ ਕੋਲ 100 ਇੰਪਲੋਈ ਹੈ, ਉਹਨਾਂ ਦੀ ਡੈਫੀਨੇਟਲੀ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ। ਜਿਹੜੀ ਰਹੀ ਗੱਲ ਫੀਸ ਦੀ, ਫੀਸ ਤਾਂ ਜਦੋਂ ਕੋਈ ਵੀ ਫੀਸ ਜਿਹੜੀ ਆ ਅਬਾਊਟ $4 ਪਰ ਪੇ ਚੈੱਕ ਦਾ ਜਿਹੜਾ ਉਹ ਅਸੀਂ ਫੀਸ ਕਰਦੇ ਹਾਂ, ਅਤੇ ਜ਼ਰੂਰੀ ਹੈ ਕਿ ਹਰ ਬਿਜ਼ਨਸ ਨੂੰ ਕੰਪਲਾਇੰਸ ਜਿਹੜੀ ਹੈ, ਕੰਪਲਾਇੰਸ ਬਹੁਤ ਜ਼ਰੂਰੀ ਹੈ, ਕਿਉਂਕਿ ਜਿੱਦਾਂ ਇਹ ਲਾਅ ਜਿਹੜਾ ਆਲਰੇਡੀ ਇੰਪਲੀਮੈਂਟ ਹੋ ਚੁੱਕਿਆ January 1, 2020 ਤੋਂ ਜੀ। ਇਹਦੇ 'ਚ ਆਪਾਂ ਗੱਲ ਕਰ ਰਹੇ ਸੀ ਕਿ $4 ਤੁਸੀਂ ਦੱਸਿਆ ਵੀ ਪਰ ਚੈੱਕ, ਚੈੱਕ ਦੀ ਕੋਈ ਅਮਾਊਂਟ ਵੀ ਹੈਗੀ ਫਿਕਸ ਜਾਂ ਇਹਦੇ ਉੱਪਰ ਇੰਨੇ ਕਿ, ਜਾਂ ਚੈੱਕ ਚਾਹੇ 10,000 ਦਾ ਅਤੇ ਚਾਹੇ 200 ਦਾ, ਚਾਹੇ ਉਨਾ ਹੀ? ਨਹੀਂ ਨਹੀਂ, ਉਹਦਾ ਨਹੀਂ, ਅਮਾਊਂਟ ਦਾ ਨਹੀਂ, ਕਿਉਂਕਿ ਸਾਡਾ ਜਿਹੜਾ ਅਸੀਂ ਤਾਂ ਜਿਹੜੀ ਸਾਡੀ ਸਰਵਿਸਿਜ਼ ਨੇ ਉਹਨਾਂ ਦੀ ਕੋਸਟ ਅਬਾਊਟ $4 ਆ, ਉਹ ਅਮਾਊਂਟ ਦੇ ਨਾਲ ਨਹੀਂ ਡਿਪੈਂਡ ਨਹੀਂ ਕਰਦਾ ਕਿ 4 ਤੋਂ ਆਪਾਂ 4 ਤਾਂ ਫਿਰ ਥੋੜ੍ਹੇ ਮਤਲਬ ਵੋਲੀਅਮ ਜ਼ਿਆਦਾ ਵਧਾਓ। ਹਾਂਜੀ ਹਾਂਜੀ, ਡੈਫੀਨੇਟਲੀ ਨਹੀਂ, ਜ਼ਰੂਰੀ ਹਾਂਜੀ ਜੀ, ਤੁਹਾਡੀ ਗੱਲ, ਸੋਰੀ ਮੈਂ ਗੱਲ ਕਰ ਰਿਹਾ ਤੁਹਾਡੀ,
ਜਿਹੜੀ ਅਵੇਅਰਨੈਸ ਜਿਹੜੀ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਸੋਸਾਇਟੀ ਦੇ ਵਿੱਚ ਜਿਹੜੀ ਆ ਉਹ ਕੰਪਲਾਈਂਸ ਜਿਹੜੀ ਹੈਗੀ ਆ ਉਹ ਵੀ ਜ਼ਰੂਰੀ ਹੈ, ਇੱਕ ਨਵੀਂ ਚੀਜ਼ ਆ। ਪਹਿਲੀ ਗੱਲ ਤਾਂ ਇਹ ਲੋਕਾਂ ਤੱਕ ਅਵੇਅਰ ਕਰਨਾ ਬਹੁਤ ਜ਼ਰੂਰੀ ਹੈ, ਉਦੋਂ ਬਾਅਦ ਲੋਕ ਨਾਲ ਜੁੜਦੇ ਨੇ ਕੰਮ ਕਰਾਉਂਦੇ। ਅਵੇਅਰਨੈਸ ਬਹੁਤ ਜ਼ਰੂਰੀ ਹੈ ਜੀ। ਸਾਡੇ ਦੋਸਤ ਜਿਹੜੇ ਇਸ ਸਮੇਂ ਟੀ ਵੀ ਦੇਖ ਰਹੇ ਨੇ, ਖਾਸ ਤੌਰ 'ਤੇ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਹੈਗੇ ਨੇ, ਉਹ ਕਾਫੀ ਪ੍ਰਭਾਵਿਤ ਹੋ ਰਹੇ ਨੇ ਇਸ ਰੂਲ ਦੇ ਨਾਲ। AB5 ਜਿਹੜਾ ਰੂਲ ਕਾਨੂੰਨ ਕੈਲੀਫੋਰਨੀਆ ਦੇ ਵਿੱਚ ਨਵਾਂ ਆਇਆ, ਸੋ ਇਸ ਕਾਨੂੰਨ ਬਾਰੇ ਤੁਸੀਂ ਪੇਰੋਲ ਇਹਨਾਂ ਨਾਲ ਕਰਦੇ ਹੋ, ਅਟੈਚਮੈਂਟ ਨਹੀਂ ਕਰਦੇ ਹੋ, ਪਰ ਇਸ ਕਾਨੂੰਨ ਬਾਰੇ ਕੋਈ ਵੀ ਸਲਾਹ ਜਿਹੜੀ ਲੈਣੀ ਹੈ ਉਹ ਤੁਸੀਂ ਜ਼ਰੂਰ ਇਹਨਾਂ ਕੋਲ ਫੋਨ ਕਰਕੇ ਲੈ ਸਕਦੇ ਹੋ ਬਿਨਾਂ ਕਿਸੇ ਕੋਸਟ ਦੇ। ਫੋਨ ਨੰਬਰ ਜਿਹੜਾ ਸਕਰੀਨ 'ਤੇ ਆ ਰਿਹਾ, ਸੋ ਇੱਕ ਵਾਰੀ ਕਾਲ ਕਰਕੇ ਜਾਣਕਾਰੀ ਜ਼ਰੂਰ ਇਹਨਾਂ ਕੋਲੋਂ ਲਓ। ਬਾਕੀ ਗੱਲਾਂ ਜਿਹੜੀਆਂ ਬਾਅਦ ਦੇ ਵਿੱਚ ਹੈਗੀਆਂ, ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸਟ ਪੰਜਾਬੀ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਗੱਲਬਾਤ ਚੱਲ ਰਹੀ ਸੁਰਿੰਦਰ ਸਿੰਘ ਮਾਨ ਸਾਹਿਬ ਨਾਲ, ਮਾਨ ਫੋਰਸ ਇਹਨਾਂ ਦੀ ਜਿਹੜੀ ਕੰਪਨੀ ਹੈ ਉਹ ਹਰ ਤਰ੍ਹਾਂ ਦੀ ਜਿਹੜੀ ਸਮੱਸਿਆ ਹੈਗੀ ਪੇਰੋਲ ਦੀ ਗੱਲ ਕਰਦੇ ਆ। AB5 ਜਿਹੜਾ ਕਾਨੂੰਨ ਨਵਾਂ ਆਇਆ ਉਹਦੇ ਵਿੱਚ ਕੀ ਕੀਤਾ ਜਾ ਸਕਦਾ, ਉਹਦੇ ਵਿੱਚ ਕੀ ਹੱਲ ਕੀਤੇ ਜਾ ਸਕਦੇ ਨੇ, ਉਹ ਗੱਲਬਾਤ ਚੱਲ ਰਹੀ ਹੈ। ਅੱਛਾ ਸੁਰਿੰਦਰ ਜੀ, ਇੱਕ ਸਵਾਲ ਇਹ ਸਾਡੇ ਦਰਸ਼ਕਾਂ ਦੇ ਦਿਮਾਗ ਦੇ ਵਿੱਚ ਆਉਂਦਾ ਹੋਏਗਾ ਵੀ ਤੁਸੀਂ ਪੇਰੋਲ ਸਪੈਸ਼ਲ ਕਰਦੇ ਹੋ, ਤਾਂ ਉਹ ਆਪਣੇ ਅਕਾਊਂਟੈਂਟ ਤੋਂ ਕਿਉਂ ਨਹੀਂ ਕਰਵਾ ਸਕਦੇ? ਨਹੀਂ, ਬਿਲਕੁਲ ਬਹੁਤ ਵਧੀਆ ਗੱਲ ਆ ਭਾਜੀ। ਇਹਦਾ ਜਿਹੜਾ ਸਿੱਧਾ ਅਤੇ ਸਾਫ਼ ਜਵਾਬ ਜਿਹੜਾ ਇਹ ਹੈ ਕਿ ਜਿਹੜਾ ਸਾਡਾ ਕੰਮ ਹੈ, ਅਸੀਂ ਇਹਦੇ ਵਿੱਚ ਜਿਹੜੇ ਕਾਫੀ ਐਕਸਪਰਟੀਜ਼ ਨੇ, ਅਸੀਂ ਪੇਰੋਲ ਟੈਕਸਿਸ ਦੇ ਵਿੱਚ ਨੇ, ਅਸੀਂ ਸਿਰਫ ਅਤੇ ਸਿਰਫ ਪੇਰੋਲ ਹੀ ਕਰਦੇ ਹਾਂ। ਅਸੀਂ ਇਹ ਨਹੀਂ ਕਰਦੇ ਕਿ ਅਸੀਂ ਨਾਲ ਟੈਕਸ ਭਰੀ ਜਾਂਦੇ ਹਾਂ ਜੀ, ਨਾਲ ਅਸੀਂ ਇੰਸ਼ੋਰੈਂਸ ਵੀ ਕਰੀ ਜਾਂਦੇ ਹਾਂ ਜੀ, ਨਾਲ ਅਸੀਂ ਯੂਨੋ ਕਿ ਚਾਰ ਚੀਜ਼ਾਂ ਹੋਰ ਐਡ ਕੀਤੀਆਂ ਹੋਈਆਂ ਨੇ। ਬਿਲਕੁਲ ਜੀ ਬਿਲਕੁਲ, ਜਿਵੇਂ ਪੰਜਾਬ ਦੇ ਵਿੱਚ ਕਈ ਦੁਕਾਨਾਂ ਦੇ ਉੱਪਰ ਗੋਭੀ ਵੀ ਪਈ ਹੈ ਅਤੇ ਸਬਜ਼ੀ ਵੀ ਪਈ, ਦਾਲ ਵੀ ਪਈ ਹੈ ਅਤੇ ਦਵਾਈਆਂ ਵੀ ਸਿਰ ਦੁਖਦੀ ਰੱਖੀ, ਨਾਲ ਪੈਟਰੋਲ ਵੀ ਰੱਖਿਆ ਹੁੰਦਾ ਪਿੰਡਾਂ ਦੇ ਵਿੱਚ। ਪਰ ਉਹ ਇੱਕ ਜਾਂ ਅਸੀਂ ਇਉਂ ਗੱਲ ਕਰ ਲਈਏ, ਅਗਰ ਸਿਹਤ ਨਾਲ ਸਾਡੇ ਨਾਲ ਜੋੜੀਏ ਤਾਂ ਬਹੁਤ ਸਾਰੇ ਕੋਈ ਡਾਕਟਰ ਹੈਗੇ, ਸਾਰੇ ਕਰਤੇ ਇਲਾਜ, ਆਹ ਵੀ ਕਰਤਾ, ਆਹ ਵੀ ਕਰਤਾ, ਉਹ ਵੀ ਕਰਤਾ, ਅਤੇ ਨਾਲ ਅਤੇ ਕਈ ਸਿਰਫ ਹੁੰਦੇ ਸਪੈਸ਼ਲਿਸਟ, ਜਿਵੇਂ ਹਾਰਟ ਸਪੈਸ਼ਲਿਸਟ ਹੋ ਗਏ, ਬ੍ਰੇਨ ਦੇ ਸਪੈਸ਼ਲਿਸਟ ਹੋ ਗਏ। ਸੋ ਮਤਲਬ ਇਹ ਹੈ ਵੀ ਤੁਸੀਂ AB5 ਦੇ ਇੱਕ ਸਪੈਸ਼ਲਿਸਟ ਹੋ ਜੀ, ਹਰ ਤਰ੍ਹਾਂ ਦੀ ਜਾਣਕਾਰੀ ਤੁਸੀਂ ਦੇ ਸਕਦੇ ਹੋ। ਅਤੇ ਜਾਣਕਾਰੀ ਦੀ ਅਗਰ ਗੱਲ ਕਰੀਏ, ਤੁਹਾਨੂੰ ਮੰਨ ਲਓ ਕੋਈ ਫੋਨ ਕਰਦਾ ਪੁੱਛਦਾ, ਅਤੇ ਉਹ ਜਾਣਕਾਰੀ ਦੀ ਕੋਈ ਫੀਸ ਤਾਂ ਨਹੀਂ ਹੈਗੀ ਜਿਹੜੀ ਕੋਈ ਤੁਸੀਂ ਅਗਲੇ ਨੂੰ ਸਲਾਹ ਦਿੰਦੇ ਹੋ, ਉਹ ਫੋਨ ਵਗੈਰਾ 'ਤੇ ਫ੍ਰੀ ਹੈ? ਇਹਦੇ ਵਿੱਚ ਫੀਸ ਵਾਲਾ ਕੋਈ ਮਸਲਾ ਨਹੀਂ, ਕਿਉਂਕਿ ਅਜੇ ਤਾਂ ਨਵਾਂ ਲਾਅ ਇੰਪਲੀਮੈਂਟ ਹੋਇਆ ਅਤੇ ਇੰਪਲੀਮੈਂਟੇਸ਼ਨ ਦੇ ਨਾਲ ਅਜੇ ਬੜੇ ਸਵਾਲ ਆਉਣੇ ਨੇ। ਅਤੇ ਜੇ ਕਿਸੇ ਵੀ ਵੀਰ ਭੈਣ ਨੂੰ ਕੋਈ ਸਵਾਲ ਕਿਸੇ ਇਸ ਮਤਲਬ ਇਸ ਕੋਈ ਹੈਗਾ ਤਾਂ ਉਹ ਕਾਲ ਕਰ ਸਕਦੇ ਨੇ। ਬਿਲਕੁਲ ਜੀ, ਸਭ ਤੋਂ ਪਹਿਲਾ ਕੰਮ ਤਾਂ ਇਹ ਹੈ ਵੀ ਰਲ ਮਿਲ ਕੇ ਪੈਸੇ ਧੇਲੇ ਤੋਂ ਉੱਪਰ ਉੱਠ ਕੇ, ਜਿੰਨੇ ਵੀ ਪ੍ਰੋਗਰਾਮ ਦੇਖ ਰਹੇ ਹੋ ਸਾਰੇ, ਚਾਹੇ ਕਿਸੇ ਵੀ ਇੰਡਸਟਰੀ ਨਾਲ ਸੰਬੰਧਿਤ ਹੈਗੇ ਹੋ, ਸਭ ਤੋਂ ਪਹਿਲਾ ਕੰਮ ਤਾਂ ਇਸ ਚੀਜ਼ ਤੋਂ ਅਵੇਅਰ ਕਰਨ ਦਾ, ਸਾਨੂੰ ਸਾਡੇ ਪੰਜਾਬੀਆਂ ਨੂੰ ਖਾਸ ਤੌਰ 'ਤੇ ਅਵੇਅਰ ਕਰਨ ਦੀ ਗੱਲ ਹੈਗੀ ਹੈ। ਉਦੋਂ ਅਗਲੀ ਗੱਲ ਹੈਗੀ ਕਿ ਉਹਦਾ ਹੱਲ ਕੀ ਲੱਭਣਾ ਹੈਗਾ। ਅਤੇ ਤੁਸੀਂ ਫਿਰ ਇਹ ਹੁਣ ਕਾਨੂੰਨ ਨਵਾਂ ਆਇਆ ਅਤੇ ਇਹ ਕੁਦਰਤੀ ਗੱਲ ਆ ਵੀ ਕੰਮ ਵੀ ਤੁਹਾਡਾ ਇਹ ਨਵਾਂ ਹੈਗਾ ਬਕਾਇਦਾ, ਫਿਰ ਇਹਦੀ ਖਾਸ ਟ੍ਰੇਨਿੰਗ ਕਿਤੋਂ ਲੈਣੀ ਪਈ ਜਾਂ ਕਿੱਦਾਂ? ਨਹੀਂ, ਸਾਡੇ ਕੋਲ ਇੱਕ ਪ੍ਰੋਪਰ ਟੀਮ ਹੈ ਜੀ, ਪ੍ਰੋਪਰ ਟੀਮ ਹੈ, ਉਹਦੇ ਵਿੱਚ ਅਟਰਨੀਜ਼ ਨੇ, ਉਹਦੇ ਵਿੱਚ CPAs ਨੇ, ਉਹ ਜਿਹੜਾ ਸਾਰਾ ਜਿਹੜਾ ਪ੍ਰੋਗਰਾਮ ਜਿਹੜਾ ਅਸੀਂ ਬਣਾਇਆ ਹੋਇਆ। ਅਤੇ ਡਾਊਨ ਦਾ ਰੋਡ ਜੇ ਫਰਜ਼ ਕਰੋ ਕਿਸੇ ਦਾ ਅਸੀਂ ਅਕਾਊਂਟ ਹੈਂਡਲ ਕਰਦੇ ਹਾਂ ਅਤੇ ਉਹਨਾਂ ਨੂੰ ਕਦੇ ਵੀ ਉਸ ਅਕਾਊਂਟ ਦੇ ਰਿਲੇਟਡ ਕੋਈ ਇਸ਼ੂਜ਼ ਆਉਂਦੇ ਨੇ ਅਤੇ ਉਹਨੂੰ ਵੀ ਅਸੀਂ ਉਸ ਹੈਂਡਲ ਕਰਦੇ ਹਾਂ। ਇਸ਼ੂ ਦੀ ਗੱਲ ਚੱਲੀ ਆ, ਇਸ਼ੂ ਕਿਹੜੇ ਕਿਹੜੇ ਆ ਸਕਦੇ ਆ ਅਤੇ ਜਿਹੜੇ ਆ ਸਕਦੇ ਉਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ? ਨਹੀਂ, ਇਸ਼ੂ ਦੇ ਇਸ਼ੂ ਇੱਦਾਂ ਹੈ ਜੀ ਕਿ ਜੇ ਆਪਾਂ ਪਹਿਲੇ ਦਿਨ ਤੋਂ ਹੀ ਜੇ ਉਸ ਇਸ਼ੂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਕੰਪਲਾਈਂਟ ਰਹਿ ਕੇ ਆਪਣੇ ਜਿਹੜਾ ਸਹੀ ਤਰੀਕੇ ਨਾਲ ਚੱਲਦੇ ਹਾਂ ਤਾਂ ਇਸ਼ੂ ਆਉਣ ਦੇ ਚਾਂਸਿਸ ਬਹੁਤ ਘੱਟ ਨੇ। ਮਤਲਬ ਆਪਾਂ ਇਹ ਗੱਲ ਕਰਦੇ ਸੀ ਪੇਰੋਲ ਦੀ ਇਸ਼ੂ, ਕਿਸੇ ਤਰ੍ਹਾਂ ਦਾ ਆਡਿਟ ਵਾਲਾ ਵੀ ਇਸ਼ੂ ਆ ਸਕਦਾ, ਕੋਈ ਆਡਿਟ ਪੈ ਸਕਦੀ, ਤਾਂ ਉੱਥੇ ਤੁਸੀਂ ਉਹਦੀ ਹੈਲਪ ਕਰੋਗੇ ਜਾਂ ਕੀ ਕਰੋਗੇ? ਨਹੀਂ ਨਹੀਂ, ਬਿਲਕੁਲ ਬਿਲਕੁਲ, ਮੈਂ ਇੱਕ ਚੀਜ਼ ਹੋਰ ਥੋੜ੍ਹੀ ਜਿਹੀ ਹੋਰ ਐਡ ਕਰਨਾ ਚਾਹੁੰਦਾ ਭਾਜੀ ਕਿ ਜਿਹੜਾ ਅਸੀਂ ਪੂਰਾ ਪੈਕੇਜ ਜਿਹੜਾ ਲੈ ਕੇ ਆ ਰਹੇ ਹਾਂ ਇਹਦੇ ਵਿੱਚ ਕੀ ਹੈ ਕਿ ਅਸੀਂ ਪੂਰੀ ਔਨ ਬੋਰਡਿੰਗ ਹੈ, ਚਾਹੇ ਬੰਦੇ ਨੂੰ ਤੁਸੀਂ ਹਾਇਰ ਕਰਨਾ, ਉਹ ਬੰਦੇ ਕੋ ਤੁਸੀਂ ਕਿਸ ਤਰ੍ਹਾਂ ਦੇ ਕੰਟਰੈਕਟ ਸਾਈਨ ਕਰਾਉਣੇ ਆ, ਉਹਦੇ ਟੈਕਸਿਸ ਦੀ ਆਲਰੇਡੀ ਗੱਲ ਕੀਤੀ ਹੋਈ ਹੈ, ਅਤੇ ਉਹ ਸਾਰਾ ਇੱਕ ਪੈਕੇਜ ਹੈ। ਉਹ ਬੰਦਾ ਜਦੋਂ ਤੁਸੀਂ ਹਾਇਰ ਕਰਦੇ ਹੋ, ਲੈਟਸ ਸੇ ਕਿ ਪ੍ਰੋਪਰ ਟਰੱਕਿੰਗ ਬਾਰੇ ਗੱਲ ਕਰਦੇ ਹੋ, ਉਹਦੀਆਂ ਜਿਹੜੀਆਂ ਬ੍ਰੇਕਸ ਕਿੱਥੇ ਕਿੱਥੇ ਮੇਨਟੇਨ ਕਰਨੀਆਂ, ਉਹ ਸਾਰਾ ਜਿਹੜਾ ਪੂਰਾ ਸਿਸਟਮ ਆ ਉਹਦੇ ਨਾਲ ਉਹਦਾ ਪੂਰਾ ਪੈਕੇਜ ਦਾ ਇੱਕ ਪੈਕੇਜ ਦੇ ਵਿੱਚ ਸਭ ਕੁਛ ਇੰਕਲੂਡਿਡ ਹੈ। ਸੋ ਉਹ ਤੁਹਾਡੀ ਇਹੀ ਸਿਰਫ ਪੇਰੋਲ ਟੈਕਸਿਸ ਨਹੀਂ ਹੈਗੀਆਂ, ਬਾਕੀ ਚੀਜ਼ਾਂ ਵੀ ਇਹਦੇ ਵਿੱਚ ਕਵਰ ਹੋ ਜਾਂਦੀਆਂ। ਅੱਛਾ, ਮਤਲਬ ਜਿੱਦਾਂ ਕਿਸੇ ਕੰਪਨੀ ਨੇ ਆਪਾਂ ਥੋੜ੍ਹਾ ਸੌਖਾ ਸ਼ਬਦ ਅਗਰ ਕਰੀਏ, ਕਿਸੇ ਟਰੱਕ ਕੰਪਨੀ ਨੇ ਤੁਹਾਡੇ ਨਾਲ ਕਰ ਲਿਆ ਜੀ, ਕੋਈ ਕੰਟਰੈਕਟ ਵਗੈਰਾ ਕਰਦੇ ਹੋ ਜਾਂ ਕੀ ਕਰਦੇ ਹੋ? ਤਾਂ ਫਿਰ ਨਹੀਂ, ਕੰਟਰੈਕਟ ਤਾਂ ਹਾਂਜੀ ਜੀ, ਕੰਟਰੈਕਟ ਹੁੰਦਾ ਜੀ ਜੀ। ਅਤੇ ਫਿਰ ਤੁਸੀਂ ਉਹਨਾਂ ਨੂੰ ਗਾਈਡ ਕਰਦੇ ਹੋ, ਜੇ ਉਹਨੇ ਕੋਈ ਇੰਪਲਾਈ ਰੱਖਣਾ ਤਾਂ ਉਹਦਾ ਸਾਰਾ ਤੁਸੀਂ ਮੇਨਟੇਨ ਵੀ ਕਰਦੇ ਹੋ ਅਤੇ ਦੱਸਦੇ ਵੀ ਉਹਨਾਂ ਨੂੰ?
हाँ जी हाँ जी, असी उन्होंने उन्हों का जोड़ा जो असी जो मैं तुम्हें कहा कि ऑनबोर्डिंग लैके आने असं उन्होंने एक प्रोसैस पूरा पूरा प्रोसैस गाइड करते हैं कि तुम बंद प्रॉपरली कि हायर करना वो को जी ए बी फाइव के अंडर जी जे लॉज के अंदर जो कॉन्ट्रैक्ट साइन करवाने ने किस तरह कॉन्ट्रैक्ट साइन करवाने ने ਤੁਸੀਂ ਬੰਦੇ ਦੀ ਜਿਹੜੀ ਕੰਪਲਾਇੰਸ ਹੈ ਜੇ ਬੰਦਾ ਔਨ ਰੋਡ ਹੈ ਉਹਦੀ ਕੰਪਲਾਇੰਸ ਹੈ ਕਿ ਉਹਨੇ ਵੀ ਇੰਨੇ ਘੰਟਿਆਂ ਬਾਅਦ 8 ਘੰਟਿਆਂ ਬਾਅਦ ਬ੍ਰੇਕ ਲੈਣੀ ਉਹ ਉਹਨੂੰ ਤੁਸੀਂ ਮੇਨਟੇਨ ਕਿੱਦਾਂ ਕਰਨਾ ਮਤਲਬ ਨਹੀਂ ਕਰਦੇ ਹੋ ਤਾਂ ਫਿਰ ਉਹ ਤਾਂ ਵਾਇਲੈਂਸ ਨਹੀਂ ਉਹ ਤਾਂ ਹੁਣ ਜਿੱਦਾਂ ਤੁਸੀਂ ਅੱਗੇ ਗਿਆ ਕਿ ਹੁਣ ਜਦੋਂ ਗੱਡੀ ਸੱਜੇ ਹੱਥ ਨਹੀਂ ਤਾਂ ਪੁੱਠੇ ਹੱਥ ਚਲਾਓਗੇ ਤਾਂ ਗੱਡੀ ਦੇ ਵੱਜਣ ਦੇ ਚਾਂਸਿਸ ਤਾਂ ਹੈ ਹੀ ਨਹੀਂ ਤਾਂ ਫਿਰ ਉਹਦੇ 'ਚ ਤਾਂ ਕੁਛ ਨਹੀਂ ਕਰ ਸਕਦੇ ਨਹੀਂ ਨਹੀਂ ਹਾਂਜੀ ਨਹੀਂ ਉਹ ਤਾਂ ਮੁਸ਼ਕਲ ਹੈ ਇਹ ਜਿਹੜਾ ਸਾਰਾ ਕੁਛ ਅਸੀਂ ਡਿਸਕਸ ਕਰ ਰਹੇ ਹਾਂ ਇਹ ਤਾਂ ਜਿਹੜੀਆਂ ਪ੍ਰੋਬਲਮਸ ਨੂੰ ਅਵੋਇਡ ਕਰਨ ਤੋਂ ਪਹਿਲੇ ਦਿਨ ਤੋਂ ਹੀ ਕਿ ਤੁਸੀਂ ਉਸ ਚੀਜ਼ 'ਤੇ ਉਹਨੂੰ ਅਵੋਇਡ ਕਰੋਗੇ ਉਹ ਚੀਜ਼ ਤੁਹਾਨੂੰ ਫੇਸ ਨਾ ਕਰਨੀ ਪਏ ਠੀਕ ਸੋ ਉਹਦਾ ਇਸੇ ਕਰਕੇ ਜਿਹੜਾ ਪੂਰਾ ਅਸੀਂ ਕੰਪਨੀ ਦਾ ਜਿਹੜਾ ਪੂਰਾ ਪੈਕੇਜ ਜਿਹੜਾ ਲੈ ਕੇ ਆ ਰਹੇ ਹਾਂ ਅਤੇ ਤੁਹਾਡੇ ਨਾਲ ਸੰਪਰਕ ਕਰਨ ਦੇ ਕੀ ਪ੍ਰੋਸੀਜਰ ਹੈਗਾ ਕੋਈ ਫਾਰਮ ਹੈ ਜਾਂ ਤੁਹਾਨੂੰ ਫੋਨ 'ਤੇ ਕਰਦੇ ਹਾਂ ਜਾਂ ਉਹਨਾਂ ਨੂੰ ਵਾਕ ਇਨ ਕਰਨਾ ਪਏਗਾ ਜਾਂ ਈਮੇਲ ਵਗੈਰਾ ਉਹਦਾ ਕੀ ਪ੍ਰੋਸੀਜਰ ਹੈ ਮੰਨ ਲਓ ਤੁਹਾਨੂੰ ਕਿਉਂਕਿ ਕੰਮ ਨਵਾਂ ਇਹ ਸਾਡੇ ਦਰਸ਼ਕਾਂ ਨੂੰ ਵੀ ਹਜੇ ਇਸ ਦੀ ਜ਼ਿਆਦਾ ਨੌਲੇਜ ਨਹੀਂ ਹੋ ਸਕਦੀ ਸਾਨੂੰ ਵੀ ਹਜੇ ਨੌਲੇਜ ਨਹੀਂ ਹੈ ਅਤੇ ਦਰਸ਼ਕਾਂ ਨੂੰ ਤਾਂ ਅਜੇ ਕਿੱਥੋਂ ਆਉਣੀ ਮੈਂ ਵੀ ਸਿੱਖ ਰਿਹਾ ਇਹ ਚੀਜ਼ਾਂ ਤੁਹਾਡੇ ਕੋਲੋਂ ਉਹ ਕਿਵੇਂ ਤੁਹਾਡੇ ਨਾਲ ਅਟੈਚ ਹੋ ਸਕਦੇ ਆ ਫੋਨ ਤੇ ਗੱਲ ਬਣ ਜਾਂਦੀ ਜਾਂ ਕੋਈ ਹੋਰ ਪ੍ਰੋਸੀਜਰ ਆਨਲਾਈਨ ਅੱਜ ਕੱਲ ਦੇ ਟੈਕਨੋਲੋਜੀ ਕਰਕੇ ਬਹੁਤ ਸੌਖਾ ਹੋ ਗਿਆ ਫੋਨ ਤੇ ਕਰ ਲਓ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਯੂ ਤੁਸੀਂ ਆਫਿਸ ਆਨਲਾਈਨ ਜਾ ਕੇ ਵੀ ਕਰ ਸਕਦੇ ਹੋ ਹਾਂਜੀ ਹਾਂਜੀ ਆਨਲਾਈਨ ਤੁਸੀਂ ਕਰ ਸਕਦੇ ਹੋ ਤੁਸੀਂ ਆਫਿਸ ਵਾਕ ਇਨ ਕਰਨਾ ਤੁਸੀਂ ਆਫਿਸ ਆ ਸਕਦੇ ਹੋ ਸੋ ਇਹ ਤੇ ਅੱਜ ਕੱਲ ਸੌਖਾ ਹੈਗਾ ਜ਼ਿਆਦਾਤਰ ਲੋਕੀ ਅਜੇ ਵੀ ਫੋਨ ਯੂਜ਼ ਕਰਦੇ ਨੇ ਸੋ ਜਿੱਦਾਂ ਤੁਸੀਂ ਕੰਫਰਟੇਬਲ ਹੋ ਤੁਸੀਂ ਉਦਾਂ ਕੰਟੈਕਟ ਕਰ ਸਕਦੇ ਤੇ ਕਿਹੜੇ ਕਿਹੜੇ ਡਿਪਾਰਟਮੈਂਟ ਜ਼ਿਆਦਾ ਆ ਜਾਂਦੇ ਟਰੱਕ ਇੰਡਸਟਰੀ ਨੂੰ ਛੱਡ ਕੇ ਹੋਰ ਏ ਬੀ ਫਾਈਵ 'ਚ ਕੀ ਆ ਜਾਂਦਾ ਸਾਰਾ ਕੁਛ ਜਿੱਦਾਂ ਅਸੀਂ ਮੈਂ ਤੁਹਾਨੂੰ ਕਿਹਾ ਕਿ ਭਾਜੀ ਕੋਈ ਵੀ ਬਿਜ਼ਨਸ ਓਨਰ ਹੈ ਜਿਵੇਂ ਛੋਟਾ ਸਟੋਰ ਆ ਕੋਈ ਮੰਨ ਲਓ ਛੋਟਾ ਕਨਵੀਨੀਅੰਸ ਸਟੋਰ ਹੈ ਸਪੈਸ਼ਲੀ 7-11 ਲਾ ਲਓ 7-11 ਨੇ ਤੁਹਾਡੇ ਪੇਰੋਲ ਜਿਹੜੇ ਰਨ ਕਰਨੇ ਬੰਦ ਕਰ ਦਿੱਤੇ ਨੇ ਤੁਹਾਨੂੰ 7-11 ਦੀ ਪੇਰੋਲ ਦੀ ਜਿਹੜੀ ਉਹਦੇ ਵਿੱਚ ਹੀ ਹੈਲਪ ਕਰ ਸਕਦੇ ਹਾਂ ਕੋਈ ਲਿਕਰ ਸਟੋਰ ਹੋ ਗਿਆ ਕੋਈ ਗੈਸ ਸਟੇਸ਼ਨ ਹੋ ਗਿਆ ਜਿੰਨੇ ਵੀ ਆਪਣੇ ਸਮਾਲ ਜਿਹੜੇ ਬਿਜ਼ਨਸ ਓਨਰਸ ਨੇ ਉਹ ਹਰ ਕੋਈ ਬੰਦਾ ਜਿਹੜਾ ਬਿਜ਼ਨਸ ਫੀਲਡ ਦੇ ਵਿੱਚ ਹੈਗਾ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਇੱਕ ਅਹਿਮ ਸਵਾਲ ਹੈ ਕਿਉਂਕਿ ਆਪਣਾ ਪ੍ਰੋਗਰਾਮ ਪੂਰੀ ਦੁਨੀਆ ਦੇ ਵਿੱਚ ਦੇਖਦੇ ਲੋਕ ਦੇਖ ਰਹੇ ਤੁਹਾਡੀ ਆਵਾਜ਼ ਸੁਣ ਰਹੇ ਤੁਹਾਡੀ ਗੱਲ ਸੁਣ ਰਹੇ ਜਾਣਕਾਰੀ ਜਿਹੜੀ ਤੁਸੀਂ ਦੇ ਰਹੇ ਹੋ ਜੀ ਅਹਿਮ ਸਵਾਲ ਇਹ ਹੈ ਕਿ ਤੁਸੀਂ ਇੱਥੇ ਬੈਠੇ ਹੋ ਐਲ ਏ ਦੇ ਵਿੱਚ ਜੀ ਤੁਹਾਡਾ ਆਫਿਸ ਐਲ ਏ ਦੇ ਵਿੱਚ ਜੀ ਜੀ ਅਤੇ ਤੁਸੀਂ ਪੂਰੇ ਅਮੈਰੀਕਾ ਦੀ ਅਗਰ ਗੱਲ ਕਰੀਏ ਤਾਂ ਜੇ ਹੁਣ ਕੈਲੀਫੋਰਨੀਆ ਤੋਂ ਬਾਹਰ ਜਾਂਦਾ ਕਾਨੂੰਨ ਕਿਤੇ ਤਾਂ ਤੁਸੀਂ ਕਿੱਥੇ ਕਿੱਥੇ ਲੋਕਾਂ ਦੀ ਹੈਲਪ ਕਰ ਸਕਦੇ ਏ ਬੀ ਫਾਈਵ ਦੇ ਵਿੱਚ ਜਿਹੜਾ ਵੀ ਦੇਖੋ ਜਿਹੜਾ ਵੀ ਬੰਦਾ ਜਿਹੜਾ ਕੈਲੀਫੋਰਨੀਆ ਦੇ ਵਿੱਚ ਟਰੱਕ ਚਲਾਉਂਦਾ ਹੈ ਭਾਜੀ ਜਾਂ ਜਿਹੜਾ ਜਿਹੜਾ ਕੈਲੀਫੋਰਨੀਆ ਦੇ ਵਿੱਚ ਬਿਜ਼ਨਸ ਰਨ ਕਰਦਾ ਕੰਪਨੀ ਚਾਹੇ ਉਹਦੀ ਨਿਊਯਾਰਕ ਦੀ ਹੈ ਤੇ ਕੈਲੀਫੋਰਨੀਆ ਦੇ ਵਿੱਚ ਅਗਰ ਉਹ ਆ ਗਿਆ ਟਰੱਕ ਲੈ ਕੇ 5 ਘੰਟੇ 6 ਘੰਟੇ 20 ਘੰਟੇ ਜੀ ਜੀ ਤੇ ਉਹ ਉਸ ਕੰਪਨੀ ਨੂੰ ਕੈਲੀਫੋਰਨੀਆ ਦੇ ਰੂਲ ਫੋਲੋ ਕਰਨੇ ਪੈਣਗੇ ਜੀ ਜੀ ਬਿਲਕੁਲ ਹਾਂਜੀ ਬਿਲਕੁਲ ਜਿੱਦਾਂ ਜਿੱਦਾਂ ਹੁਣ ਤੁਸੀਂ ਦੇਖੋਗੇ ਹਰ ਸਟੇਟ ਦਾ ਡਿਫਰੈਂਟ ਲਾਇਸੈਂਸ ਹੈ ਚਾਹੇ ਅਸੀਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਹਾਂ ਪਰ ਹਰ ਸਟੇਟ ਦਾ ਇੱਕ ਡਿਫਰੈਂਟ ਲਾਇਸੈਂਸ ਹੈ ਕੈਲੀਫੋਰਨੀਆ ਦਾ ਵੱਖਰਾ ਨਿਊਯਾਰਕ ਦਾ ਵੱਖਰਾ ਅਤੇ ਉਹ ਜਦੋਂ ਤੁਸੀਂ ਉਹ ਸਟੇਟ ਦੇ ਵਿੱਚ ਐਂਟਰ ਕਰ ਜਾਂਦੇ ਹੋ ਤਾਂ ਤੁਹਾਨੂੰ ਸਟੇਟ ਦੇ ਜਿਹੜੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਨੇ ਜਿਹੜੀ ਕੰਪਲਾਇੰਸ ਉਹ ਫੋਲੋ ਕਰਨੀ ਪੈਂਦੀ ਹੈ। ਅੱਛਾ ਜੀ, ਗੱਲ ਚੱਲ ਰਹੀ ਹੈ ਏ ਬੀ ਫਾਈਵ ਦੀ, ਜਿਹੜੀ ਗੱਲਬਾਤ ਚੱਲ ਰਹੀ ਹੈ ਅਤੇ ਕੈਲੀਫੋਰਨੀਆ ਦੇ ਵਿੱਚ ਇੱਕ ਕਾਨੂੰਨ ਲਾਗੂ ਹੋ ਗਿਆ, ਬਾਕੀ ਸਟੇਟਸ ਦੇ ਵਿੱਚ ਵੀ ਹੋ ਸਕਦਾ ਜੀ, ਪਰ ਤੁਸੀਂ ਜਿਹੜੀ ਪੇਰੋਲ ਦੀ ਹੈਲਪ ਕਰਦੇ ਹੋ, ਪੇਰੋਲ ਮੇਨਟੇਨ ਕਰਦੇ ਹੋ, ਇਕੱਲੇ ਕੈਲੀਫੋਰਨੀਆ ਦਾ ਹੀ ਕਰਦੇ ਹੋ ਜਾਂ ਕਿਤੇ ਉਹਦਾ ਵੀ ਕਰ ਸਕਦੇ ਹੋ? ਨਹੀਂ ਭਾਜੀ, ਕਿਸੇ ਵੀ ਤੁਸੀਂ ਸਟੇਟ 'ਚ ਰਹਿੰਦੇ ਹੋ, ਐਜ਼ ਲੌਂਗ ਐਜ਼ ਤੁਸੀਂ ਯੂਨਾਈਟਿਡ ਸਟੇਟਸ ਹੈਗੇ ਹੋ, ਕਿਸੇ ਵੀ ਸਟੇਟ 'ਚ ਤੁਸੀਂ ਰਹਿੰਦੇ ਹੋ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਮਤਲਬ ਪੇਰੋਲ ਦਾ ਤੁਸੀਂ ਮੈਨੇਜ ਕਰ ਸਕਦੇ ਹੋ? ਹਾਂਜੀ ਹਾਂਜੀ ਬਿਲਕੁਲ। ਤੇ ਅੱਛਾ, ਏ ਬੀ ਫਾਈਵ ਹਜੇ ਕਾਨੂੰਨ ਚਲੋ ਨਵਾਂ ਜੀ, ਤੁਸੀਂ ਤਾਂ ਇਸ ਬਿਜ਼ਨਸ ਦੇ ਵਿੱਚ ਬਹੁਤ ਪੁਰਾਣੇ ਕੰਮ ਕਾਰ 'ਚ ਹੈਗੇ, ਤੁਹਾਡੀ ਸਾਰੀ ਟੈਕਨੀਕ ਜਿਵੇਂ ਤੁਸੀਂ ਦੱਸਿਆ ਸਟਾਫ ਤੁਹਾਡਾ ਸਾਰਾ ਹੈਗਾ, ਇਸ ਨਵੇਂ ਕਾਨੂੰਨ ਨੂੰ ਫੋਲੋ ਕਰਨ ਵਾਸਤੇ ਸਾਡੇ ਦਰਸ਼ਕ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ? ਬਿਲਕੁਲ, ਜਿੱਦਾਂ ਅਸੀਂ ਪਹਿਲਾਂ ਡਿਸਕਸ ਕੀਤਾ ਹੈ ਕਿ ਜੇ ਤਾਂ ਤੁਸੀਂ ਬਿਜ਼ਨਸ ਓਨਰ ਹੈਗੇ ਹੋ ਅਤੇ ਤੁਸੀਂ ਤੁਹਾਡੇ ਕੋਲ ਬੰਦੇ ਕੰਮ ਕਰਦੇ ਨੇ ਅਤੇ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਕਿ ਅਮੂਨ ਅਸੀਂ ਇੱਦਾਂ ਕਰੀਦਾ ਸੀ ਕਿ ਚੱਲ ਵੀ ਕੰਮ ਕਰ ਲਾ ਅਤੇ ਤੈਨੂੰ ਸਾਲ ਦੇ ਖੀਰ 'ਚ ਮੈਂ 1099 ਦੇ ਦਾਂਗਾ, ਤੁਸੀਂ ਟੈਕਸ ਭਰ ਲਿਆ ਮੈਂ ਭਰ ਲਾਂ, ਪਰ ਹੁਣ ਤੁਸੀਂ ਉਹ ਨਹੀਂ ਕਰ ਸਕਦੇ, ਨਹੀਂ ਕਰ ਸਕਦੇ, ਬਹੁਤ ਜ਼ਰੂਰੀ ਹੈ ਕਿਉਂਕਿ ਉਹ ਜੇ ਤੁਸੀਂ ਉਹ ਕਰਦੇ ਹੋ ਤਾਂ ਤੁਸੀਂ ਤੁਹਾਨੂੰ ਜਾਣਕਾਰੀ ਹੈਗੀ ਹੈ ਕਿਸੇ ਨਾ ਕਿਸੇ ਤਰੀਕੇ ਏ ਬੀ ਫਾਈਵ ਦੀ, ਅਤੇ ਉਹ ਵਿਲਫੁਲ ਵਾਇਲੇਸ਼ਨ ਹੈ। ਜਿੱਦਾਂ ਮੈਂ ਅੱਗੇ ਡਿਸਕਸ ਕੀਤਾ ਕਿ ਵਿਲਫੁਲ ਵਾਇਲੇਸ਼ਨ ਦੀ ਜਿਹੜੀ ਪੈਨਲਟੀ ਹੈ ਉਹ 5,000 ਤੋਂ ਲੈ ਕੇ 25,000 ਤੱਕ ਪਰ ਵਾਇਲੇਸ਼ਨ। ਸੋ ਕਲੀਅਰ ਗੱਲ ਸਾਡੇ ਦਰਸ਼ਕ, ਕੱਲ੍ਹ ਨੂੰ ਕਿਤੇ ਇਹ ਦਿਮਾਗ ਦੇ ਵਿੱਚ ਹੋਵੇ ਵੀ ਚੱਲ ਕੋਈ ਵੀ ਵਾਇਲੈਂਸ ਹੋ ਗਈ ਤਾਂ ਉਹਦਾ ਆ ਕੇ ਇਹਨਾਂ ਨੂੰ ਕਹਿ ਦਈਏ ਵੀ ਹੱਲ ਕਰ ਦੇਣਗੇ। ਪੇਰੋਲ ਦੀ ਗੱਲ ਹੈ, ਤੁਹਾਡੀ ਤਨਖਾਹ ਦੇ ਨਾਲ ਕੋਈ ਸੰਬੰਧ, ਟੈਕਸ ਦੀ ਗੱਲ ਹੈ, W2 ਦੀ ਗੱਲ ਹੈ, ਉਹ ਸਾਰਾ ਇਹ ਮੈਨੇਜ ਕਰਨਗੇ ਤੁਹਾਡਾ ਜਿਹੜੀ ਮਾਨ ਫੋਰਸ ਕੰਪਨੀ ਹੈਗੀ ਹੈ। ਜੀ 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 ਜੀ। ਅਤੇ ਬਾਕੀ ਸਾਡੇ ਦਰਸ਼ਕ ਜਿਹੜੇ ਹੁਣ ਪੂਰੀ ਦੁਨੀਆ ਤੁਹਾਨੂੰ ਦੇਖ ਰਹੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ, ਕਿਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ? ਬਿਲਕੁਲ ਜੀ, ਸਭ ਤੋਂ ਜੇ ਸਾਰੇ ਦੁਨੀਆ ਦੀ ਗੱਲ ਕਰੀਏ ਤਾਂ ਆਪਾਂ ਸਾਰੇ ਸਰੋਤਿਆਂ ਨੂੰ ਹੈ ਕਿ ਆਪਣੀ ਸਿਹਤ ਦਾ ਖਿਆਲ ਰੱਖਣ,
ਅਤੇ ਥੋੜ੍ਹਾ ਆਪਣੇ ਆਪ ਨੂੰ ਜਾਗਰੂਕ ਰੱਖੋ। ਬਿਲਕੁਲ ਜੀ, ਅਤੇ ਜੇ ਇਹੀ ਜ਼ਰੂਰੀ ਮੈਸੇਜ, ਕਿਉਂਕਿ ਇਹ ਚੀਜ਼ਾਂ ਤਾਂ ਇਕੱਲੀਆਂ ਕੈਲੀਫੋਰਨੀਆ 'ਚ ਨਹੀਂ ਹੈਗੀਆਂ। ਡਿਸਿਪਲਿਨ ਰੱਖਣਾ, ਗੱਡੀ ਧਿਆਨ ਨਾਲ ਚਲਾਉਣੀ, ਅਗਰ ਮੌਸਮ ਖਰਾਬ ਹੈ, ਬਰਫ਼ ਹੈ, ਅਤੇ ਉੱਥੇ ਧਿਆਨ ਰੱਖਣਾ, ਇਹ ਤਾਂ ਪੂਰੀ ਦੁਨੀਆ ਦੇ ਵਿੱਚ ਆ ਜਾਂਦੀ ਹੈ ਨਾ। ਨਹੀਂ ਬਿਲਕੁਲ, ਅਤੇ ਜਿਹੜੀ ਆਹ AB5 ਦੀ ਗੱਲ ਆ, ਉਹ ਜ਼ਰੂਰ ਤੁਸੀਂ ਕੋਈ ਵੀ AB5 ਬਾਰੇ ਤੁਹਾਡਾ ਸਵਾਲ ਹੈਗਾ, ਅਸੈਂਬਲੀ ਬਿੱਲ 5 ਜਿਹੜਾ ਇਹਨਾਂ ਨੇ ਕੈਲੀਫੋਰਨੀਆ ਦੇ ਵਿੱਚ ਸ਼ੁਰੂ ਕੀਤਾ ਹੈ, ਔਰ ਇਹ ਬਹੁਤ ਅਫੈਕਟ ਕਰ ਰਿਹਾ, ਸਭ ਨੂੰ ਅਫੈਕਟ ਕਰ ਰਿਹਾ, ਔਰ ਸਾਰੇ ਇਸ ਬਿੱਲ ਤੋਂ ਬੜੇ ਦੁਖੀ ਕਹਿ ਲਓ ਚਾਹੇ ਡਰੇ ਹੋਏ ਕਹਿ ਲਓ, ਪਰ ਉਸ ਬਿੱਲ ਦੇ ਕਿਵੇਂ ਹੱਲ ਕੱਢੇ ਜਾ ਸਕਦੇ ਨੇ, ਉਸ ਬਿੱਲ ਨੂੰ ਕਿਵੇਂ ਮੈਨੇਜ ਕੀਤਾ ਜਾ ਸਕਦਾ, ਉਹਨੂੰ ਡਰਨ ਦੀ ਲੋੜ ਨਹੀਂ, ਡਰਨ ਦੀ ਤਾਂ ਕੋਈ ਲੋੜ ਨਹੀਂ ਹੈਗੀ, ਥੋੜ੍ਹਾ ਮੇਰੇ ਖਿਆਲ ਮੈਨੇਜ ਕਰਨ ਦੀ ਲੋੜ ਹੈ, ਡਿਸਿਪਲਿਨ ਬਣਾਉਣ ਦੀ ਲੋੜ ਹੈ ਜੀ। ਨਹੀਂ, ਡਰਨ ਵਾਲੀ ਤਾਂ ਕੋਈ ਗੱਲ ਨਹੀਂ, ਦੇਖੋ ਹੁਣ ਤੁਸੀਂ ਪਿੱਛੇ ਥੋੜ੍ਹਾ ਜਿਹਾ ਪਿੱਛੇ ਚਲੇ ਜਾਓ, ਅਤੇ ਇਹਨਾਂ ਨੇ ਜੀ ਟਰੱਕਿੰਗ ਦੇ ਵਿੱਚ ਲਾਅ ਪਾਸ ਕੀਤਾ ਸੀ ਕਿ ਆਪਾਂ ELD ਟਰੱਕਾਂ ਦੇ ਵਿੱਚ ਲਾਉਣਾ, ਉਹ ਕਾਫੀ ਰੌਲਾ ਪਿਆ ਸੀ ਲੋਕਬੁੱਕ ਤੋਂ ਬਾਅਦ। ਫਿਰ ਜੀ ਜੀ, ਉਸੇ ਤਰ੍ਹਾਂ ਦਾ ਇੱਕ ਬਿੱਲ ਹੈ ਜਿਹਦੇ ਵਿੱਚ ਸਮਾਂ ਰਹਿੰਦਿਆਂ ਹੋਇਆ ਤੁਸੀਂ ਆਪਣੇ ਆਪ ਨੂੰ ਉਹ ਬਿੱਲ ਦੇ ਅਨੁਕੂਲ ਜਿਹੜੀ ਚੀਜ਼ਾਂ ਕਰਨ ਦੀ ਜ਼ਰੂਰਤ ਹੈਗੀ ਉਹ ਕਰੋ, ਅਤੇ ਤੁਸੀਂ ਯੂ ਨੋ ਯੂ ਸ਼ੁੱਡ ਬੀ ਫਾਈਨ, ਕੋਈ ਆਪਾਂ ਨੂੰ ਕੋਈ ਘਬਰਾਉਣ ਵਾਲੀ ਕੋਈ ਗੱਲ ਨਹੀਂ। ਅਤੇ ਜਿਹੜੇ ਮੇਰੇ ਵਰਗੇ ਘਬਰਾ ਜਾਂਦੇ ਫਟਾਫਟ ਸੋਚਦੇ ਵੀ ਹੈ, ਤਾਂ ਉਹਨਾਂ ਨੂੰ ਲੱਗ ਗਿਆ ਕਦੇ ਪਹਾੜ ਡਿੱਗ ਪਏ ਉੱਪਰ, ਉਹਨਾਂ ਨੂੰ ਜ਼ਰੂਰ ਤੁਸੀਂ ਹੌਸਲਾ ਦਿਓ ਜਾਂ ਉਹਨਾਂ ਨੂੰ ਕੋਈ ਸਲਾਹ ਦਿਓ। ਨਹੀਂ 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 ਘਬਰਾਉਣ ਵਾਲੀ ਨਹੀਂ ਕੋਈ ਗੱਲ ਜੀ, ਘਬਰਾਉਣ ਵਾਲੀ ਕੋਈ ਗੱਲ ਨਹੀਂ, ਇਹ ਇੱਕ ਨਵਾਂ ਕਾਨੂੰਨ ਹੈ, ਨਵਾਂ ਬਿੱਲ ਹੈ, ਅਤੇ ਜਿਹਨੂੰ ਸਾਨੂੰ ਸਾਰਿਆਂ ਨੂੰ ਮੰਨਣਾ ਪੈਣਾ, ਚਾਹੇ ਤੁਸੀਂ ਕਿਸੇ ਤਰੀਕੇ ਨਾਲ ਲਓ ਕਿ ਇਹ ਇਹ ਸਾਨੂੰ ਕੰਪਲਾਇੰਸ ਜਿਹੜੀ ਹੈ ਉਹਨੂੰ ਫੋਲੋ ਕਰਨੀ ਪੈਣੀ ਹੈ, ਅਤੇ ਤੁਸੀਂ ਸਮਾਂ ਰਹਿੰਦਿਆਂ ਹੋਇਆ ਕੰਟੈਕਟ ਕਰੋ ਸਾਨੂੰ, ਅਤੇ ਅਸੀਂ ਤੁਹਾਡੀ ਜਿੱਦਾਂ ਕਿ ਦੱਸਿਆ ਕਿ ਸਾਡੇ ਕੋਲ ਪੂਰਾ HR ਮੈਨੇਜਮੈਂਟ ਦਾ ਸਭ ਪੂਰਾ ਸਿਸਟਮ ਹੈ, ਕਾਫੀ ਸਾਲਾਂ ਤੁਸੀਂ ਬਿਜ਼ਨਸ ਦੇ ਵਿੱਚ ਆ, ਅਤੇ ਕੋਈ ਵੀ ਤੁਹਾਡਾ ਜਿਹੜਾ ਇਸ ਮਤਲਬ ਕਿ ਇਸ AB5 ਬਾਰੇ ਕੁਐਸਚਨ ਹੈ ਕਾਲ ਕਰੋ, ਅਤੇ ਅਸੀਂ ਡੈਫੀਨੇਟਲੀ ਉਹਦੇ ਬਾਰੇ ਤੁਹਾਨੂੰ ਆਨਸਰ ਦਾਂਗੇ ਜੀ। ਬਿਲਕੁਲ, ਬਹੁਤ ਵਧੀਆ ਗੱਲਾਂ ਬਾਤਾਂ ਅੱਜ ਸੁਰਿੰਦਰ ਸਿੰਘ ਮਾਨ ਹੁਣ ਨਾਲ ਚੱਲ ਰਹੀਆਂ ਨੇ। AB5 ਕਾਨੂੰਨ ਜਿਹੜਾ, ਅਸੈਂਬਲੀ ਬਿੱਲ 5, ਇੱਕ ਕਾਨੂੰਨ ਜਿਹੜਾ ਪਾਸ ਹੋ ਗਿਆ, ਔਰ ਇਹ ਫੋਲੋ ਤਾਂ ਕਰਨਾ ਹੀ ਪੈਣਾ ਹੈ। ਬਾਹਰਲੇ ਮੁਲਕਾਂ ਦੇ ਇਹ ਇੱਕ ਖਾਸੀਅਤ ਹੈ ਕਿ ਕਾਨੂੰਨ ਤਾਂ ਸਾਨੂੰ ਫੋਲੋ ਕਰਨਾ ਹੀ ਪਏਗਾ, ਇੰਡੀਆ ਵਾਲਾ ਸਿਸਟਮ ਨਹੀਂ ਕਿ ਨਹੀਂ ਕੰਮ ਸਾਰਿਆ, ਚਲੋ 200 ਰੁਪਈਆ ਦੇ ਦਿੱਤਾ ਤਾਂ ਉੱਥੇ ਸਰ ਗਿਆ, ਕਾਨੂੰਨ ਫੋਲੋ ਕਰਨਾ ਪਏਗਾ। ਕਾਨੂੰਨ ਫੋਲੋ ਕਿਵੇਂ ਕਰਨਾ, ਉਹਦੇ ਵਾਸਤੇ ਇਹ ਸੁਰਿੰਦਰ ਸਿੰਘ ਮਾਨ ਹੁਣੀ ਇੱਥੇ LA ਦੇ ਵਿੱਚ ਹੈਗੇ, ਇਹਨਾਂ ਦਾ ਫੋਨ ਨੰਬਰ ਤੁਹਾਡੇ ਕੋਲ ਸਕਰੀਨ 'ਤੇ ਆ ਰਿਹਾ, ਵੈਬਸਾਈਟ ਆ ਰਹੀ ਆ, ਇਹਨਾਂ ਨੂੰ ਸਲਾਹ ਜ਼ਰੂਰ ਇਹਨਾਂ ਦੀ ਇੱਕ ਵਾਰ ਲੈ ਲਓ, ਅਤੇ ਉਦੋਂ ਬਾਅਦ ਜਿਹੜੀ ਗੱਲਬਾਤ ਹੈਗੀ ਆ ਇਹਨਾਂ ਦੇ ਨਾਲ ਤੁਸੀਂ ਇਨਰੋਲ ਹੋਣਾ, ਪੇਰੋਲ ਜਿਹੜਾ ਤੁਹਾਡਾ ਹੈਗਾ ਉਹਦੇ ਬਾਰੇ ਅੱਗੇ ਇਹਨਾਂ ਕੋਲ ਸਲਾਹ ਲੈਣੀ, ਜਾਂ ਜਦੋਂ ਟੈਕਸ ਭਰਨਾ ਉਹਦੇ ਬਾਰੇ ਕੀ ਕਰਨਾ ਕਰਾਉਣਾ, ਉਹ ਫਿਰ ਬਾਅਦ ਦੀ ਗੱਲ ਆ, ਇੱਕ ਵਾਰੀ ਫੋਨ ਕਰਕੇ ਸਲਾਹ ਜ਼ਰੂਰ ਲੈ ਲਓ। ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਟਰੱਕ ਸ਼ੋ ਮਾਈਲਜ਼ ਐਂਡ ਸਟਾਈਲ ਤੁਹਾਨੂੰ ਵਧੀਆ ਲੱਗਿਆ ਹੋਏਗਾ, ਔਰ ਭਰਪੂਰ ਜਾਣਕਾਰੀ ਜਿਹੜੀ ਹੈ ਉਹ ਇਹਦੇ 'ਚੋਂ ਮਿਲੀ ਹੋਏਗੀ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਪ੍ਰੋਗਰਾਮ ਦੇ ਨਾਲ। ਅੱਜ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਸੁਰਿੰਦਰ ਸਿੰਘ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਸੋ ਮੱਚ। ਓਕੇ, ਥੈਂਕ ਯੂ ਭਾਈ, ਥੈਂਕ ਯੂ, ਸਤਿ ਸ਼੍ਰੀ ਅਕਾਲ।